ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀਓ ਤੁਖਾਰੀ ਮਹਲਾ 4 ਹਰ ਹਰ ਅਗੰਮਯ ਆਗਾਦ ਅਪਰੰਪਰ ਅਪਰ ਪਰਾ ਹਰ ਹਰ ਅਗੰ ਅਗਾਧ ਅਪਰੰਪਰ ਅਪਰ ਪਰਾ ਜੋ ਤੁਮ ਧਹਾਵੈ ਜਗਦੀਸ਼ ਤੇਜਨ ਪਉ ਬਿਕਮਉ ਤਰਾ ਬਿਕਮਉ ਪਉ ਤਿੰਨ ਤਰਿਆ ਸੁਹੇਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰ ਜੋ ਪਾਏ ਚੱਲੇ ਤਿੰਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਤਰਣੀ ਤਰਾ ਹਰ ਹਰ ਆਗਮ ਆਗਾਦ ਪਰੰਪਰ ਅਪਰ ਪਰਾ ਤੁਮ ਸੁਆਮੀ ਅਗਮ ਅਥਾਹ ਤੂੰ ਕਟ ਕਟ ਪੂਰ ਰਹਿਆ ਤੂੰ ਅਲਖ ਅਭਿਉ ਅਗਮ ਗੁਰ ਸਤ ਗੁਰ ਬਚਨ ਲਹਿਆ ਧੰਨ ਧੰਨ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿੰ ਖਿੰ ਹਰ ਨਿਤ ਚਵੇ ਜਾਂ ਬਹੈ ਗੁਰਮੁਖ ਹਰ ਨਾਮ ਬੋਲੈ ਜਾਂ ਖੜੇ ਗੁਰਮੁਖ ਹਰ ਹਰ ਕਹਿਆ ਤੁਮ ਸੁਆਮੀ ਅਗਮ ਅਥਾਹ ਤੂੰ कटकट -कट पूर रहया सेवक जन हैं ते परवान जिन सेवे गुरमत हरे तिनके कोट सब पाप खिन पर हर हर दूर करे तिनके पाप दुख सब से जिन मन चित इक आराध्या तिनका जन्म सफलो सब किया करता है जिन गुरबचनी सच पाखिया ते तन जन वड पुरख पूरे जो गुरमत हर जप पाव बिखम तरे सेवक जन सेव ते जिन सेवे गुरमत हरे ਤੂੰ ਅੰਤਰਜਾਮੀ ਹਰਿਆਪ ਜਿਉ ਤੂੰ ਚਲਾਵਹਿ ਪਿਆਰੇ ਹਉ ਤਿਵੇਂ ਚਲਾਂ ਹਮਰੇ ਹਾਥ ਕਿਛ ਨਾ ਹੈ ਜਾਂ ਤੂੰ ਮੇਲੈ ਤਾਂ ਹਉ ਆਏ ਮਿਲਾਂ ਜਿਨ ਕੋ ਤੂੰ ਹਰ ਮੇਲ ਹੈ ਸੁਆਮੀ ਸਭ ਤਿਨ ਕਾ ਲੇਖਾ ਛੁਟਕ ਗਿਆ ਤਿਨ ਕੀ ਗਣਤ ਨਾ ਕਰੇ ਹੋ ਕੋ ਭਾਈ ਜੋ ਗੁਰਬਚਨੀ ਆ ਰਮੇ ਲਿਆ ਨਾਨਕ ਦਇਆਲ ਹੁਆ ਤਿਨ ਉਪਰ ਜਿਨ ਗੁਰ ਕਾ ਪਾਣਾ ਮੰਨਿਆ ਭਲਾ ਤੂੰ ਅੰਤਰ ਜਾਮੀ ਹਰਿ ਆਪ ਜਿਉ ਤੂੰ ਚਲਾਵਹਿ ਪਿਆਰੇ ਹਉ ਤਿਮੈ ਚਲਾਂ ਨਾਨਕ ਦਇਆਲ ਹੁਆ ਤਿਨ ਉਪਰ ਜਿਨ ਗੁਰ ਕਾ ਪਾਣਾ ਮੰਨਿਆ ਭਲਾ ਤੂੰ ਅੰਤਰ ਜਾਮੀ ਹਰਿਆਪ ਜਿਉ ਤੂੰ ਚਲਾਵ ਹੈ ਪਿਆਰੇ ਹਾਂ ਤੇਵੇਂ ਚਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਪ੍ਰਭਾਤ ਸਮੇ ਅਸੀਂ ਸਤਸੰਗੀ ਬਣੇ ਹਾਂ ਸਤਸੰਗਤ ਦਾ ਸਮਾਮਾਨ ਪਾ ਰਹੇ ਹਾਂ ਗੁਰਬਾਣੀ ਕੀਰਤਨ ਆਸਾ ਕੀ ਵਾਰ ਦੇ ਰੂਪ ਵਿੱਚ ਸੰਪੂਰਨ ਹੋਇਆ ਹੈ ਹੁਣ ਸਮਾਂ ਗੁਰ ਸ਼ਬਦ ਵਿਆਖਿਆ ਦਾ ਹੈ ਜਿਸ ਵਾਸਤੇ ਰਾਗ ਤੁਖਾਰੀ ਦੇ ਬਚਨ ਗੁਰੂ ਰਾਮਦਾਸ ਮਹਾਰਾਜ ਨਾਨਕ ਜੋਤ ਦਾ ਚੌਥਾ ਜਾਮਾ ਜੋ ਬਚਨ ਉਚਰਿਤ ਕਰ ਰਿਹਾ ਹੈ ਉਹਨਾਂ ਦੀ ਸੀ ਤਕਰੀਰ ਵਿਚਾਰ ਕਰ ਰਹੇ ਹਾਂ ਸ਼ੰਤ ਇਹ ਬਾਣੀ ਦਾ ਬੰਤਰ ਸਰੂਪਿਆ ਪਦਾ ਬਾ ਪਦਾ ਇਹਨਾਂ ਸ਼ਬਦਾਂ ਦੇ ਵਿੱਚ ਵਿਆਖਿਆਨ ਹੁੰਦਾ ਆ ਜੋ ਸ਼ੰਤ ਆਪ ਜੀ ਨੇ ਹੁਣ ਸਰਵਨ ਕੀਤਾ ਹੈ ਇਹਦੇ ਸ਼ੁਰੂਆਤੀ ਦੋ ਬੰਦ ਅਸੀਂ ਵਿਚਾਰੇ ਨੇ ਤਿੰਨ ਨੰਬਰ ਬੰਦ ਤੋਂ ਵਿਚਾਰ ਅੱਜ ਅਸੀਂ ਅੱਗੇ ਤੋਰਾਂਗੇ ਸਬਦ ਉਹ ਜ਼ਿਕਰ ਕਰ ਰਹੇ ਨੇ ਸੇਵਕ ਜਨ ਸੇਵਹਿ ਤੇ ਪਰਵਾਨ ਜਨ ਸੇਵਿਆ ਗੁਰਮਤ ਹਰੇ ਤੁਹਾਡੇ ਅਖਰੀ ਅਰਥ ਕਰ ਦੇਣਾ ਫਿਰ ਦਾ ਭਾਵ ਸਮਝਣ ਦੀ ਕੋਸ਼ਿਸ਼ ਕਰਾਂਗੇ ਸੇਵਕ ਜਨ ਸੇਵਹਿ ਤੇ ਪਰਵਾਨ ਜੋ ਜਨ ਜਨ ਇੱਥੇ ਵੈਸੇ ਜਨ ਸ਼ਬਦ ਬੜਾ ਭਾਵਪੂਰਤ ਹੈ ਜਨ ਦਾ ਮਤਲਬ ਬਾਣੀ ਦੇ ਚ ਬੜਾ ਗਹਿਰ ਗੰਭੀਰ ਹੈ ਜਨ ਤੋਂ ਮੁਰਾਦ ਸੰਤ ਹੈ ਜਨ ਤੋਂ ਮੁਰਾਦ ਗੁਰਮੁਖ ਹੈ ਜਨ ਤੋਂ ਮੁਰਾਦ ਪੁਗੀ ਹੋਈ ਹਸਤੀ ਹੈ ਇਸ ਤਰ੍ਹਾਂ ਜਾਣੀਏ ਸ਼ਬਦ ਕੋਸ਼ਾਂ ਦੀ ਮਦਦ ਨਾਲ ਜੇ ਇਕੱਲੇ ਜਨ ਲਫ਼ਜ਼ ਨੂੰ ਸਮਝ ਨਾ ਹੋਏ ਤੇ ਜਨ ਦਾ ਮਤਲਬ ਹੈ ਜਾਣਨ ਵਾਲਾ ਚੀਨਣ ਵਾਲਾ ਪਹਿਚਾਨਣ ਵਾਲਾ ਜਾਣਕਾਰੀ ਰੱਖਣ ਵਾਲਾ ਹੁਣ ਇਸ ਤਰ੍ਹਾਂ ਸਮਝੀਏ ਕਿ ਮੈਂ ਆਲੇ ਦੁਆਲੇ ਦੀ ਜਿੰਨੀ ਮਰਜ਼ੀ ਜਾਣਕਾਰੀ ਰੱਖਾਂ ਮੈਂ ਜਾਣ ਨਹੀਂ ਹੋ ਸਕਦਾ ਜਨ ਕਦੋਂ ਹੋ ਸਕਦਾ ਜਦੋਂ ਮੈਂ ਆਪਣੀ ਜਾਣਕਾਰੀ ਰੱਖਦਾ ਜਿਹੜਾ ਆਪਣੇ ਬਾਰੇ ਜਾਣੇ ਉਹ ਜਾਣਿਆ ਜਿਹਨੂੰ ਇਹ ਕਰਤਾਰੀ ਕੁਦਰਤ ਨੇ ਜਨਾ ਦਿੱਤਾ ਤੂੰ ਕੌਣ ਹੈ ਜਿਹਨੂੰ ਸਮਝ ਲੱਗ ਗਿਆ ਇਹ ਅਸਲ ਵਿੱਚ ਹੈ ਕੀ ਹੈ ਉਹ ਜਾਣ ਹੋ ਗਿਆ ਜਾਣ ਲਿਆ ਚੀਨ ਲਿਆ ਪਹਿਚਾਨ ਲਿਆ ਹਾਂ ਇਹ ਜਨ ਲਫ਼ਜ਼ ਇਸ ਰੂਪ ਵਿੱਚ ਆਉਂਦਾ ਪਰ ਜਨ ਇੱਕ ਜਿਵੇਂ ਸੀ आम जनता لفظ ਕਹਿ ਦਿੰਨੇ ਆ ਜਿਹਦੇ ਚ ਪਤਾ ਲੱਗਦਾ ਕਿ ਲੋਕਾਈ ਆਮ ਬਸ਼ਰ ਮਾਨੁਖ ਖਸੀ ਸਾਰੇ ਜਾਣਿਆ ਕਿਉਂਕਿ ਵੀ ਆਰ ਆਲ ਪਾਰਟ ਆਫ ਜਨਤਾ ਅਸੀਂ ਜਨਤਾ ਅਸੀਂ ਇਸ ਧਰਤੀ ਦੇ ਉੱਤੇ ਜੀਵ ਜੰਤ ਜਿਹਨੂੰ ਕਹਾ ਦਿੰਨਾ ਹੈ ਕਈ ਵਾਰੀ ਉਸ ਰੂਪ ਦੇ ਵਿੱਚ ਸੋ ਇਸ ਤਰੀਕੇ ਨਾਲ ਵੀ ਇਹ ਜਨ لفظ ਇਸਤੇਮਾਲ ਕੀਤਾ ਜਾਂਦਾ ਖੈਰ ਜੋ ਬਚਨ ਹੈ ਸੇਵਕ ਜਨ ਸੇਵਹ ਤੇ ਪਰਵਾਨ ਭਈ ਉਹ ਜਨ ਉਹ ਮਾਨੁਖ ਉਹ ਜੀਵ ਜੰਤ ਪਰਵਾਨ ਪੈ ਗਏ ਜਿਹੜੇ ਸੇਵਕ ਹੋ ਗਏ ਤੇ ਸੇਵਕ ਹੋ ਗਏ ਉਸ ਦੇ ਜਿਹਦੀ ਸੇਵਾ ਕਰਨੀ ਸਾਨੂੰ ਸ਼ੋਭਦੀ ਹੈ ਵੈਗਰੋ ਦੀ ਹਰ ਦੀ ਉਹਦੀ ਗੱਲ ਹੋ ਰਹੀ ਹੈ ਫਿਰ ਦੇਖਿਓ ਧਿਆਨ ਨਾਲ ਸੇਵਕ ਜਨ ਸੇਵਨ ਤੇ ਪਰਵਾਨ ਉਹ ਸੇਵਕ ਉਹ ਬਸ਼ਰ ਸੇਵਕ ਹੋਣ ਦੇ ਚ ਪਰਵਾਨ ਹੋ ਗਏ ਜਿਨ੍ਹਾਂ ਨੇ ਅਸਲ ਜਿਹਦੀ ਸੇਵਾ ਕਰਨੀ ਚਾਹੀਦੀ ਉਹ ਸੇਵਾ ਕਰ ਲਈ ਜਿਨ ਸੇਵਿਆ ਗੁਰਮਤ ਹਰੇ ਜਿਨ੍ਹਾਂ ਨੇ ਸੇਵ ਲਿਆ ਹਰੀ ਨੂੰ ਕਿਵੇਂ ਗੁਰੂ ਕੀ ਮਤ ਦੇ ਜ਼ਰੀਏ ਗੁਰੂ ਦੇ ਮਤ ਦੇ ਢੰਗ ਦੇ ਨਾਲ ਹੁਣ ਹੋਰ ਸਿੰਪਲ ਕਰ ਲਈਏ ਕੋਈ ਵੀ ਕਾਰਜ ਕੋਈ ਵੀ ਕੰਮ ਕਰਨਾ ਆ ਉਹਦੇ ਕਈ ਤਰੀਕੇ ਹੋ ਸਕਦੇ ਨੇ ਜ਼ਰੂਰੀ ਨਹੀਂ ਕੋਈ ਇੱਕ ਹੀ ਢੰਗ ਮਤਲਬ ਮੰਨਿਆ ਜਾ ਪਈ ਆਹੀ ਢੰਗ ਹੋ ਸਕਦਾ ਹੈ ਹਾਂ ਇੱਕ ਢੰਗ ਵਾਜਬ ਹੋ ਸਕਦਾ ਸਹੀ ਹੋ ਸਕਦਾ ਸੁਚੱਜਾ ਹੋ ਸਕਦਾ ਦੂਜੇ ਸਾਰੇ ਢੰਗਾਂ ਨਾਲੋਂ ਬੈਟਰ ਹੋ ਸਕਦਾ ਹੈ ਪਰ ਕੁਦਰਤ ਨੇ ਕਿਸੇ ਵੀ ਕੰਮ ਵਾਸਤੇ ਬੜੇ ਢੰਗ ਬਥੇ ਨੇ ਆਪਾਂ ਜਿਵੇਂ ਸੋਹਿਲਾ ਸਾਹਿਬ ਪੜਦੇ ਆ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਇਹ ਜਿਹੜੀ ਵਾਈਬਰੈਂਟ ਲੈਵਲ ਹੈ ਜਿਹੜਾ ਇੱਕ ਵੈਰਾਈਟੀ ਫੁੱਲ ਤਰੀਕਾ ਆ ਉਹਦੀ ਗੱਲ ਹੋ ਰਹੀ ਹੈ ਗੁਰਦਾ ਮਤਲਬ ਮੈਥਡ ਹੁੰਦਾ ਤਰੀਕਾ ਮੈਥਡੋਲੋਜੀ ਕਿਸੇ ਇੱਕ ਕੰਮ ਕਰਨ ਨੂੰ ਕੋਈ ਇੱਕ ਢੰਗ ਥੋੜਾ ਆ ਕਈ ਢੰਗ ਨੇ ਮਤਲਬ ਸੁਪੋਜ਼ ਕਰੋ ਆਪਾਂ ਨੇ ਆਪਣਾ ਪੇਟ ਭਰਨਾ ਆ ਤੇ ਪੇਟ ਭਰਨ ਵਾਸਤੇ ਅਨਾਜ ਖਾਣਾ ਆ ਅਨਾਜ ਕੋਈ ਬਰੈਡ ਦੀ ਸ਼ਕਲ ਵਿੱਚ ਖਾ ਸਕਦਾ ਹੈ ਕੋਈ ਰੋਟੀ ਦੀ ਸ਼ਕਲ ਵਿੱਚ ਖਾ ਸਕਦਾ ਹੈ ਕੋਈ ਪਾਸਤੇ ਦੀ ਸ਼ਕਲ ਵਿੱਚ ਖਾ ਸਕਦਾ ਹੈ ਕੋਈ ਪੀਜ਼ੇ ਦੀ ਸ਼ਕਲ ਵਿੱਚ ਖਾ ਸਕਦਾ ਹੈ ਵਹੀ ਕਈ ਢੰਗ ਨੇ ਕੋਈ ਇੱਕ ਥੋੜਾ ਆ ਸਿਸ ਕਰਕੇ ਮੈਥਡ ਤੇ ਕਈ ਨੇ ਕਈ ਰੂਪ ਦੇ ਵਿੱਚ ਨੇ ਹਾਂ ਕੁਝ ਮੈਥਡ ਐਸੇ ਨੇ ਜਿਹੜੇ ਸਪੋਜ਼ ਕਰੋ ਅਨਾਜ ਦੀ ਗੱਲ ਕੀਤੀ ਐ ਅਨਾਜ ਨੂੰ ਸਾਡੇ ਖਾਣ ਦੇ ਵਿੱਚ ਸਵਾਦਿਸ਼ਟ ਬਣਾ ਦਿੰਦੇ ਨੇ ਅਨਾਜ ਨੂੰ ਸਾਡੇ ਖਾਣ ਤੋਂ ਬਾਅਦ ਡਾਈਜੈਸਟ ਕਰਨ ਦੇ ਵਿੱਚ ਉਹ ਸਾਨੂੰ ਹੈਲਪਫੁਲ ਹੁੰਦੇ ਨੇ ਖਾਦੇ ਹੋਏ ਦੇ ਵਿੱਚੋਂ ਜੋ એનર્ਜੀ ਜੋ ਸਾਨੂੰ ਚਾਹੀਦਾ ਹੈਗਾ ਉਹਨੂੰ ਲੈਣ ਵਾਸਤੇ ਸਾਨੂੰ ਮਦਦਗਾਰ ਹੋ ਜਾਂਦੇ ਨੇ ਪਰ ਕੁਝ ਢੰਗ ਐਸੇ ਨੇ ਜਿਹੜੇ ਉਸੇ ਅਨਾਜ ਨੂੰ ਖਾਣਾ ਔਖਾ ਕਰ ਦਿੰਦੇ ਨੇ ਉਸ ਨੂੰ ਡਾਈਜੈਸਟ ਕਰਨਾ ਹੋਰ ਔਖਾ ਕਰ ਦਿੰਦੇ ਨੇ ਉਹਦੇ ਵਿੱਚੋਂ ਕੁਝ ਜਿਹੜੇ ਲੈਣ ਦੀ ਸ਼ਕਤੀ ਹੈ ਸਰੀਰ ਦੀ ਉਹ ਵੀ ਘਟਾ ਦਿੰਦੇ ਨੇ ਸੋ ਤਰੀਕਾ ਹੀ ਏ ਇੱਕ ਤਰੀਕਾ ਵਾਜਬ ਕਰ ਰਿਹਾ ਏ ਇੱਕ ਤਰੀਕਾ ਗੈਰ ਵਾਜਬ ਕਰ ਰਿਹਾ ਬਾਬਾ ਜੀ ਕਹਿੰਦੇ ਮਤ ਜ਼ਰੂਰੀ ਨਹੀਂ ਤੁਸੀਂ ਗੁਰੂ ਦੀ ਮਤ ਲੈਣੀ ਹੈ ਤੁਸੀਂ ਆਪਣੀ ਮਤ ਵੀ ਰੱਖ ਸਕਦੇ ਹੋ ਕੌਣ ਕਹਿੰਦਾ ਤੁਸੀਂ ਮਨਮਤੀਏ ਨਾ ਹੋਵੋ ਹੋ ਜਾਓ ਬਾਬਾ ਜੀ ਤੇ ਬਿਲਕੁਲ ਓਪਨ ਨੇ ਬਾਬਾ ਜੀ ਕਹਿੰਦੇ ਮਨ ਪਿੱਛੇ ਤੁਰਨਾ ਹੈ ਮਨ ਪਿੱਛੇ ਤੁਰੋ ਸੰਸਾਰ ਪਿੱਛੇ ਤੁਰਨਾ ਹੈ ਸੰਸਾਰ ਪਿੱਛੇ ਤੁਰੋ ਜੇ ਗੁਰੂ ਪਿੱਛੇ ਤੁਰਨਾ ਹੈ ਤਾਂ ਗੁਰੂ ਪਿੱਛੇ ਤੁਰੋ ਤਿੰਨਾ ਦਾ ਆਪੋ ਆਪਣਾ ਫਾਇਦਾ ਮਿਲੇਗਾ ਹੋਰ ਵੀ ਬੜੇ ਮਤਲਬ ਸੰਸਾਰੀ ਤੌਰ ਤੇ ਦੇਖਿਆ ਜਾਏ ਤੇ ਸਾਨੂੰ ਕਿਤੋਂ ਵੀ ਮਤ ਦਾ ਮਤਲਬ ਹੀ ਹੁੰਦਾ ਹੈ ਓਪੀਨੀਅਨ ਜਿਹੜਾ ਓਪੀਨੀਅਨ ਹੈ ਜਿਹੜਾ ਸੀ ਇੱਕ رائے ਵਿਚਾਰ خیال ਸੋਚ ਉਹ ਬਣਾਉਣੀ ਹੈ ਉਹਦੇ ਲਈ ਕਈ ਸੋਰਸ ਨੇ ਜਿੱਥੋਂ ਮਰਜੀ ਤੁਸੀਂ ਉਹ ਸੋਰਸ ਨੂੰ ਲੈ ਲਵੋ ਇੱਕ ਮਿਸਾਲ ਦੇ ਦਿੰਦਾ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਫਿਰ ਬਾਤ ਥੋੜੀ ਜ਼ਿਆਦਾ ਪਕੜ ਚ ਆ ਜਾਏਗੀ ਫਿਰ ਆਪਾਂ ਗੁਰਮਤ ਹਰੇ ਦੀ ਗੱਲ ਕਰਾਂਗੇ ਭਾਈ ਗੁਰਦਾਸ ਜੀ ਪੰਜਾਬ ਦੀ ਫੀਜ਼ਾਨ ਦੇ ਵਿੱਚ ਅਸੀਂ ਰਹੇ ਹਾਂ ਉੱਥੋਂ ਕੁਝ ਮਸਾਲਾ ਦੇ ਦਿੰਦੇ ਉਹਨਾਂ ਦੀ ਖਾਸੀਅਤ ਇਹ ਹੈ ਇੱਕ ਗੱਲ ਨੂੰ ਸਮਝਾਉਣ ਵਾਸਤੇ 6 6 7 7 ਮਸਾਲਾ ਦੇ ਦਿੰਦੇ ਪੱਕੀ ਗੱਲ ਸਮਝ ਆ ਜਾਏ ਉਹ ਕਹਿੰਦੇ ਮੂੰਹ ਮਿੱਠਾ ਕਰਨਾ ਹੈ ਨਾ ਕਈ ਸੋਰਸ ਹੋਣਗੇ ਆਮ ਪੰਜਾਬ ਦੇ ਵਿੱਚ ਰਹਿਣ ਵਾਲਾ ਬੰਦਾ ਜਿਹੜਾ ਉਸ ਸਾਊਥ ਏਸ਼ੀਆ ਦੇ ਉਸ ਖਿੱਤੇ ਦੇ ਵਿੱਚ ਨਾਰਥਰਨ ਖਿੱਤੇ ਵਿੱਚ ਰਿਹਾ ਹੋਏਗਾ ਉਹਨੂੰ ਪਤਾ ਖੇਤਾਂ 'ਚ ਆਮ ਗੰਨੇ ਉੱਗੇ ਹੁੰਦੇ ਨੇ ਤੇ ਹੁਣ ਮੂੰਹ ਮਿੱਠਾ ਕਰਨਾ ਹੈ ਤੁਸੀਂ ਖੇਤ 'ਚੋਂ ਗੰਨਾ ਤੋੜੋ ਤੇ ਆਰਾਮ ਨਾਲ ਚੂਪ ਲਵੋ ਮੂੰਹ ਮਿੱਠਾ ਹੋ ਜਾਏਗਾ ਪਰ ਕਹਿੰਦੇ ਸੋਚੋ ਮਿੱਠਾ ਕਿੰਨਾ ਕੁ ਹੋਏਗਾ ਦੇ ਵਿੱਚ ਗਾਂਡਾ ਮੈਂ ਮਿਠਾਸ ਤਾਂ ਛਿਲਕੋ ਨਾ ਲਿਓ ਜਾਏ ਧਰਮੋਂ ਦਾਗ ਬਿਖੇ ਬੀਜ ਗਹਿ ਡਾਰੀਏ ਬ੍ਰਿਜ ਭਾਸ਼ਾ ਆ ਥੋੜੀ ਕਠਨਿਆ ਪਰ ਸਮਝਣ ਦੀ ਕੋਸ਼ਿਸ਼ ਕਰਦੇ ਆ ਜੇ ਮਿੱਠਾ ਲੈਣਾ ਹੈ ਗੰਨੇ ਵਿੱਚੋਂ ਤੇ ਮਿੱਠਾ ਹੈ ਲੈਸ ਦਨ 5% 95% ਫੋਕ ਆ ਉਹਦੇ ਵਿੱਚ ਉਹ ਵੀ ਡਾਡਾ ਫੋਕ ਮਤਲਬ ਗੰਨਾ ਚੂਪਣਾ ਵੀ ਇੱਕ ਆਰਟ ਆ ਜਿੰਨੇ ਕਦੀ ਨਹੀਂ ਚੂਪਿਆ ਉਹ ਗੰਨਾ ਚੂਪ ਨਹੀਂ ਸਕਦਾ ਆਪ ਦੇਖੋ ਸਾਡੇ ਕੈਨੇਡੀਅਨ ਬਾਰਨ ਬਰਾਟ ਅਪ ਕਿਡਸ ਨੇ ਇਹਨਾਂ ਨੂੰ ਕਦੀ ਪੰਜਾਬ ਲੈ ਕੇ ਜਾਓ ਤੁਸੀਂ ਇਹਨਾਂ ਦੇ ਸਾਹਮਣੇ ਬੈਠੇ ਗੰਨਾ ਚੂਪਣਾ ਸ਼ੁਰੂ ਕਰਦੇ ਉਹਨੂੰ ਕਹਿੰਦਾ ਤੂੰ ਵੀ ਚੂਪ ਉਹ ਖਾਣਾ ਸ਼ੁਰੂ ਕਰ ਦਿੰਦੇ ਆ ਉਹ ਕਹਿੰਦੇ ਕੀ ਹੈ ਤੇ ਕਿਉਂਕਿ ਐਕਚੁਅਲੀ ਹੌਲੀ ਹੌਲੀ ਕਰਕੇ ਸਮਝ ਆਉਂਦੀ ਵੀ ਇਹਦੇ ਵਿੱਚੋਂ ਸਿਰਫ ਰਸ ਲੈਣਾ ਹੁੰਦਾ ਬਾਕੀ ਸਾਰਾ ਫੋਕ ਈਵਨ ਇੱਕ ਛੋਟਾ ਜਿਹਾ ਅੰਸ਼ ਵੀ ਤਨਕੇ ਦਾ ਅੰਦਰ ਨਹੀਂ ਜਾਣਾ ਚਾਹੀਦਾ ਅਦਰਵਾਈਜ਼ ਹੱਥੂ ਆ ਜਾਏਗਾ ਗਲੇ ਜਿਹੜਾ ਹੈਗਾ ਉਹ ਉਹਦਾ ਜਿਹੜਾ ਫਾਈਬਰ ਹੈ ਉਹ ਖਰਾਬ ਕਰੇਗਾ ਉਸ ਰੂਪ ਦੇ ਵਿੱਚ ਸੋਧਿਚ ਬਹੁਤ ਧਿਆਨ ਦੇ ਨਾਲ ਥੋੜਾ ਜਿਹਾ ਮਿੱਠਾ ਮਿਲੇਗਾ ਮਤ ਹਾਂ ਸੰਸਾਰੀ ਤੌਰ ਤੇ ਅਸੀਂ ਕਹਿੰਦੇ ਹਾਂ ਲੋਕੇ ਕਈ ਵਾਰੀ ਕਹਿ ਦੇਣਗੇ ਲੈ ਅਲੇ ਦੋਲੇ ਬਤਰੀ ਅੱਜਕੱਲ ਤੇ ਸੋਸ਼ਲ ਮੀਡੀਆ ਹੈ ਹੋਰ ਚੀਜ਼ਾਂ ਨੇ ਜਿੱਥੋਂ ਮਰਜੀ ਮਾਤ ਲੈ ਲੋ ਮਾਤੀ ਲੈਣੀ ਹੈ ਨਾ ਵੀ ਕਿੰਨੀ ਕ ਮਾਤਾ ਉਹਦੇ ਚ ਦੇਖੋਗੇ ਕਿਤੇ ਨਾ ਮਾਤਰ ਤੇ ਉਹ ਜਦੋਂ ਸਾਰਾ ਕੁਝ ਜਿਵੇਂ ਬਹੁਤ ਅੱਜਕੱਲ ਮੂਵੀ ਕਲਚਰ ਆ ਫਿਲਮਾਂ ਰੀਲਾਂ ਸਿਨੇਮਾ ਇਹ ਬੜਾ ਜ਼ੋਰਾਵਰ ਹੁੰਦਾ ਆ ਮੇਰਾ ਇੱਕ ਬੜਾ ਪਿਆਰਾ ਸਟੂਡੈਂਟ ਹੈ ਇੰਗਲੈਂਡ ਤੋਂ ਗਾਹੇ-ਬਗਾਹੇ ਮੈਨੂੰ ਵਿਜ਼ਿਟ ਕਰਦਾ ਇੱਥੇ ਤੇ ਉਹ ਇੱਕ ਦਿਨ ਸੀ ਕੁਝ ਰਿਕਾਰਡਿੰਗ ਕਰ ਰਹੇ ਸੀ ਕਿਸੇ ਚੀਜ਼ ਵਾਸਤੇ ਟੌਪਿਕ ਦੇ ਉੱਤੇ ਮੈਂ ਉਹਨੂੰ ਪੁੱਛਿਆ ਉਹਨੇ ਇੱਕ ਮੈਂਸ਼ਨ ਕੀਤਾ ਵੀ ਉਹ ਇੱਕ ਬੁੱਕ ਆ ਤੇ ਉਹਦੀ ਮੂਵੀ ਵੀ ਬਣ ਗਈ ਆ ਮੈਂ ਉਹਨੂੰ ਕਿਹਾ ਵੀ ਅੱਛਾ ਬੁੱਕ ਪੜਨ ਦੀ ਥਾਂ ਤੇ ਮੂਵੀ ਵੇਖ ਲੈਨੇ ਆ ਲੋਕ ਇਹੀ ਕਹਣਗੇ ਨਾ ਮੂਵੀ ਵੇਖ ਲੈਨੇ ਮੂਵੀ ਈਜ਼ੀ ਐ ਕਿਉਂਕਿ ਬੁੱਕ ਪੜ੍ਹਨੀ ਔਖੀ ਐ ਤੇ ਮੂਵੀ ਦੇਖਣੀ ਆਸਾਨ ਐ ਤੇ ਪਰ ਇਹਦਾ ਨੁਕਸਾਨ ਕੀ ਐ ਮੂਵੀ ਦੇਖਣ ਚ ਉਹ ਐਜੂਕੇਸ਼ਨ ਫੀਲਡ ਦੇ ਵਿੱਚ ਹੀ ਕੰਮ ਕਰਦਾ ਉਹ ਕਹਿੰਦਾ ਕਹਿੰਦਾ ਵੀਰ ਜੀ ਗੱਲ ਇਹ ਐ ਕਿ ਜੇਕਰ ਆਪਾਂ ਬੁੱਕ ਪੜ੍ਹਦੇ ਆਂ ਤੇ ਸਾਡਾ ਜਿਹੜਾ ਸੋਚਣ ਦਾ ਢਾਂਗ ਆ ਬ੍ਰਾਡ ਹੋ ਜਾਂਦਾ ਹੈ ਅਸੀਂ ਬੁੱਕ ਨੂੰ ਆਪ ਇਮੇਜਿਨ ਕਰਦੇ ਆਂ ਕਿ ਉਹ ਸਟੋਰੀ ਕਿਵੇਂ ਬਣੀ ਹੋਏਗੀ ਸਾਡੀ ਇਮੇਜਿਨੇਸ਼ਨ ਵੱਧ ਜਾਂਦੀ ਹੈ ਸਾਡੇ ਅੰਦਰ ਕ੍ਰੀਏਟੀਵਿਟੀ ਵੱਧ ਜਾਂਦੀ ਹੈ ਸਾਡੀ ਜਿਹੜੀ ਸ਼ਮਤਾ ਆ ਸੋਚ ਸਮਝ ਦੀ ਉਹ ਵੱਡੀ ਹੋ ਜਾਂਦੀ ਹੈ ਜਦੋਂ ਆਪਾਂ ਮੂਵੀ ਦੇਖਦੇ ਆਂ ਉਹਨੂੰ ਨੈਰੋ ਕਰ ਦਿੰਦੀ ਹੈ ਜੋ ਬੁੱਕ ਵਿੱਚ ਮੈਸੇਜ ਆ ਕਈ ਵਾਰੀ ਉਹ ਮੈਸੇਜ ਵੀ ਮੂਵੀ 'ਚ ਨਜ਼ਾਰਤ ਹੋ ਜਾਂਦਾ ਹੈ ਰੀਜ਼ਨ ਕੀ ਹੈ ਕਿਉਂਕਿ ਉਹ ਐਂਟਰਟੇਨਮੈਂਟ ਪਰਪਸ ਲਈ ਬਣਾਈ ਗਈ ਹੁੰਦੀ ਹੈ ਉਹਦੇ 'ਚ ਇਤਨੀ ਐਂਟਰਟੇਨਮੈਂਟ ਹੁੰਦੀ ਹੈ ਬੰਦਾ ਐਂਟਰਟੇਨਮੈਂਟ 'ਚ ਗਵਾਚ ਜਾਂਦਾ ਜਿਹੜਾ ਐਕਚੁਅਲ ਸਾਰ ਤੱਤ ਆ ਮਤ ਦਾ ਤੱਤ ਆ ਉਹ ਕਿਤੇ ਲਾਸਟ ਹੀ ਹੋ ਗਿਆ ਸੋ ਇਸ ਰੂਪ ਵਿੱਚ ਕਿਹਾ ਜਾਏ ਜੇ ਮਾਤੀ ਲੈਣੀ ਹੈ ਸੋਝੀ ਲੈਣੀ ਹੈ ਜ਼ਰੂਰੀ ਨਹੀਂ ਬੰਦਾ ਕਿ ਆ ਵੀ ਸੋਰਸ ਆ ਆ ਵੀ ਸੋਰਸ ਆ ਕਈ ਵਾਰੀ ਕੋਈ ਸੋਰਸ ਐਸਾ ਆ ਜਿਹਦੇ 'ਚ ਮਤ ਲੈਣਯੋਗੀ ਹੁੰਦੀ ਨਹੀਂ ਨਾ ਮਾਤਰੀ ਹੁੰਦੀ ਜਿਸ ਲਈ ਭਾਈ ਗੁਰਦਾਸ ਜੀ ਕਹਿੰਦੇ ਗਾਂਡਾ ਮੈਂ ਮਠਾਸ ਤਾਸ ਛਿਲਕੋ ਨਾ ਲਿਓ ਜਾਏ ਧਰਮ ਉਹ ਦਾਖ ਬਿਖੇ ਬੀਜ ਗਹਿ ਡਾਰੀਆ ਧਰਮ ਉਹ ਦਾਖ ਸਾਡੇ ਵਿੱਚੋਂ ਅਈ ਅਸੀਂ ਬਹੁਤਿਆਨੇ ਅਨਾਰ ਖਾਦੇ ਨੇ ਅਨਾਰ ਦੇਖੇ ਨੇ ਹੁਣ ਅਨਾਰ ਲੈ ਲੋ ਤੁਸੀਂ ਅਨਾਰ ਖਾਣਾ ਹੋਏ ਕਿਵੇਂ ਖਾਓਗੇ ਉਸ ਨੂੰ ਮਤਲਬ ਇਹ ਕਿ ਜਿਵੇਂ ਗੰਨਾ ਆਇਆ ਚੂਪਣ ਤੋਂ ਪਹਿਲਾਂ ਛਿੱਲੋਗੇ ਫਿਰ ਉਹਦੇ ਚੋਂ ਥੋੜੀ ਜਿਹੀ ਕੁਝ ਜਿਹਾ ਹੈ ਉਹਨੂੰ ਸ਼ਾਇਦ ਕੋਕਾ ਕਹਿੰਦੇ ਥੋੜੀ ਜਿਹਾ ਤੋੜ ਕੇ ਮੂੰਹ ਚ ਪਾਓਗੇ ਫਿਰ ਉਹਨੂੰ ਚਬੋਗੇ ਅਨਾਰ ਆ ਅਨਾਰ ਕਈ ਵਾਰ ਤੇ ਬੰਦਾ ਕਹਿੰਦਾ ਅਨਾਰ ਖਾ ਲਾ ਉਹ ਬੰਦਾ ਵੇਖਦਾ ਕਹਿੰਦਾ ਅੱਛਾ ਇਹ ਖਾਣਾ ਕਹਿੰਦਾ ਛੱਡੋ پراਖੀ ਖਾਣਾ ਆ ਕਿਉਂ ਮੁਸ਼ਕਲ ਬੜੀ ਐ ਅਨਾਰ ਪਹਿਲਾਂ ਉਹਨੂੰ ਛਿੱਲਣਾ ਆ ਉਹਦੇ ਉੱਤੇ ਵੀ ਛਿਲਕ ਹੈ ਉਹਦੇ ਵਿੱਚ ਦਾਣਿਆਂ ਦੇ ਵਿੱਚ ਵੀ ਛਿਲਕ ਹੈ ਇਹ ਨਹੀਂ ਬਦੂ ਛਿੱਲੜ ਲਾਤੀ ਸੰਤਰੇ ਦੀ ਤਰ੍ਹਾਂ ਤੇ ਫਾੜੀ ਫੜ ਕੇ ਖਾ ਲੋਗੇ ਨਾ ਫਿਰ ਤੁਸੀਂ ਉਹਦੇ ਚੋਂ ਇੱਕ ਇੱਕ ਕਰਕੇ ਦਾਣਾ ਕੱਢਣਾ ਉਹਦੇ ਚੋਂ ਫਿਰ ਉਹਦੇ ਚੋਂ ਛਿੱਲੜ ਕਢਨੇ ਨੇ ਕਿੰਨਾ ਔਖਾ ਆ ਕੌਣ ਇੰਨੀ ਜਿਹੜੀ ਹੈ ਆ ਕਹਿ ਲਓ ਐਫਰਟ ਪਾਏਗਾ ਸੰਸਾਰੀ ਤੌਰ ਤੇ ਜਿਹੜਾ ਸਾਡਾ ਆਮ ਬੋਲਚਾਲ ਆ ਲਿਆ ਜਿਹੜੀਆਂ ਸਾਡੀਆਂ ਆਮ ਗੱਲਾਂ ਬਾਤਾਂ ਨੇ ਇਹਨਾਂ ਦੇ ਚ ਕੋਈ ਨਾ ਕੋਈ ਮਤ ਦੀ ਗੱਲ ਤੇ ਹੁੰਦੀ ਐ ਪਰ ਵਿੱਚੋਂ ਕੌਣ ਕੱਢੇਗਾ ਫੜ ਚੁਣ ਕੇ ਇਸ ਰੂਪ ਦੇ ਵਿੱਚ ਜਿਵੇਂ ਬਾਬਾ ਕਬੀਰ ਜੀ ਦੇ ਬਚਨ ਨੇ ਆ ਉਹ ਕਹਿੰਦੇ ਕੀ ਰੇਤੇ ਦੇ ਚ ਖੰਡ ਰਲੀ ਐ ਹੁਣ ਸੱਚੇ ਐ ਉਹ ਖੰਡ ਰਲੀ ਐ ਤੇ ਖੰਡ ਰਲੀ ਨੂੰ ਖਾਓਗੇ ਤੇ ਕਿਵੇਂ ਖਾਓਗੇ ਹਾਥੀ ਬਣ ਕੇ ਖਾਣਾ ਚਾਹੋਗੇ ਕਦੀ ਵੀ ਨਹੀਂ ਖਾ ਸਕਦੇ ਹਾਂ ਕੀੜੀ ਬਣੋਂਗੇ ਬੜਾ ਇੱਕ ਇੱਕ ਦਾਣੇ ਨੂੰ ਕੋਖੋਗੇ ਪੜਤਾਲੋਗੇ ਬੜੀ ਮਹੀਮ ਫਿਰ ਜਾ ਕੇ ਕਿਤੇ ਕੋ ਦਾਣੇ ਚੁਗ ਸਕੋਗੇ ਇੰਨੀ ਕਿਦੇ ਕੋਲ ਵੇਲ ਆ ਕਿੰਨੀ ਮਹੀਮਤਾ ਆ ਇਸ ਲਈ ਸਾਨੂੰ ਤੇ ਕਈ ਵਾਰੀ ਸੋਰਸ ਚਾਹੀਦਾ ਬੜਾ ਸਿੱਧਾ ਜਿਹਾ ਭਾਈ ਗੁਰਦਾਸ ਜੀ ਕਹਿੰਦੇ ਗਾਂਡਾ ਮੈਂ ਮਿਟਾਸთა ਸਿਲਕੋ ਨਾ ਲਿਓ ਜਾ ਧਰਮੋ ਦਾਗ ਬਿਖੇ ਬੀਜ ਕਹਿ ਠਾਰੀਏ ਕਹਿਣ ਲਗੇ ਆਮ ਖਿਰਣੀ ਛੁਆਰਾ ਮਾਜ ਗੁਟਰੀ ਕਠੋਰ ਖਰਬੂਜਾ ਕਲੀਦਾ ਹੋਏ ਸਜਲ ਬਿਕਾਰੀਏ ਕਹਿੰਦੇ ਮੂੰ ਮਿੱਠਾ ਕਰਨ ਵਾਸਤੇ ਕੱਲੇ ਅਨਾਰ ਕੱਲੇ ਜਿਹੜੇ ਨੇ ਗੰਨੇ ਨਹੀਂ ਹੈ ਹੋਰ ਵੀ ਹੈ ਜਿਵੇਂ ਛੁਆਰੇ ਨੇ ਜਿਵੇਂ ਅੰਬ ਨੇ ਪਰ ਦੇਖੋਗੇ ਹੁਣ ਸਪੋਜ਼ ਕਰੋ ਅੰਬ ਖਾਣਾ ਆ ਤੇ ਸਿੱਧਾ ਦੰਦ ਮਾਰ ਕੇ ਥੋੜਾ ਖਾ ਲਓਗੇ ਅੰਬ ਨੂੰ ਐਕਚੁਅਲੀ ਅੱਜ ਕੱਲ੍ਹ ਤੇ ਜੋ ਕੱਟਣ ਵਾਲੀ ਗੱਲ ਹੈ ਪੁਰਾਣੇ ਸਮੇਂ ਤੇ ਇਸ ਤਰੀਕੇ ਨਾਲ ਸੀ ਜੈਨੇਟਿਕਲੀ ਮੋਡੀਫਿਕੇਸ਼ਨ ਨਾਲ ਅੰਬ ਦੀ ਗੁੱਠਲੀ ਛੋਟੀ ਕਰ ਦਿੱਤੀ ਗਈ ਉਹਦਾ ਜਿਹੜਾ ਗੁੱਦੇ ਵਾਲਾ ਪਾਰਟ ਸੀਗਾ ਰਸ ਵਾਲਾ ਪਾਰਟ ਉਹ ਵਧਾ ਦਿੱਤਾ ਗਿਆ ਪਰ ਜੇ ਤੁਸੀਂ ਟ੍ਰੈਡੀਸ਼ਨਲ ਵੇ ਨਾਲ ਅੰਬ ਨੂੰ ਦੇਖੋਗੇ ਤੇ ਗੁਠਲੀ ਦੇ ਬਰਾਬਰ ਹੀ ਬਿਲਕੁਲ ਉਹਦਾ ਜਿਹੜਾ ਆਕਾਰ ਦੇ ਬਰਾਬਰ ਹੀ ਗੁਠਲੀ ਹੁੰਦੀ ਥੋੜਾ ਜਿਹਾ ਵਿੱਚ ਰਸਾ ਤੇ ਫਾਈਬਰ ਹੁੰਦਾ ਤੇ ਅੰਬ ਖਾਦੇ ਨਹੀਂ ਸੀ ਜਾਂਦੇ ਅੰਬ ਵੀ ਚੂਪੇ ਜਾਂਦੇ ਸੀ ਲੋਕੀ ਬਕਾਇਦਾ ਤੌਰ ਤੇ ਅੰਬਾਂ ਨੂੰ ਮਤਲਬ ਇਸ ਤਰੀਕੇ ਨਾਲ ਫੜ ਕੇ ਹੌਲੀ ਹੌਲੀ ਕਰਕੇ ਪੱਕੇ ਹੁੰਦੇ ਸੀ ਉਸ ਰੂਪ ਦੇ ਉਹ ਕਹਿੰਦੇ ਹੁਣ ਉਸ ਨੂੰ ਖਾਣਾ ਹੋਏ ਤੇ ਕਿਵੇਂ ਖਾਓਗੇ ਤੁਸੀਂ ਜਾਂ ਛੁਆਰੇ ਦੀ ਮਿਸਾਲ ਦਿੱਤੀ ਹੁਣ ਛੁਆਰਾ ਖਾਣਾ ਆ ਬੜੇ ਧਿਆਨ ਦੇ ਨਾਲ ਤੁਸੀਂ ਧੰਦੇ ਥੱਲੇ ਰੱਖ ਕੇ ਉਹਨੂੰ ਦੱਬੋਗੇ ਤਾਂ ਕਿ ਗੀਟਕ ਜਿਹੜੀ ਉਹ ਦੰਤ ਲਿਆ ਕੇ ਦੰਦੀ ਨਾ ਤੋੜ ਦੇ ਮਤਲਬ ਬੜੇ ਧਿਆਨ ਤਰੀਕੇ ਨਾਲ ਮਤ ਵੀ ਲੈਣੀ ਹੈ ਤੇ ਬੜੇ ਟੰਗ ਤਰੀਕੇ ਨਾਲ ਲਾਓਗੇ ਅਦਰਵਾਇਜ਼ ਕੀ ਹੈ ਤੁਹਾਡਾ ਨੁਕਸਾਨ ਹੋ ਜਾਏਗਾ ਬੰਦਾ ਮਤ ਗ੍ਰਹਿਣ ਕਰਨ ਫਾਇਦਾ ਲੈਣ ਦੀ ਬਜਾਏ ਆਪਣਾ ਹੀ ਨੁਕਸਾਨ ਕਰ ਲਵੇ ਆਂਬ ਖਿਰਨੀ ਛੁਆਰਾ ਮਾਜ ਗੁਠਰੀ ਕਠੋਰ ਖਰਬੂਜਾ ਕਲੀਦਾ ਹੋਏ ਸਜਲ ਵਿਕਾਰੀ ਹੈ ਖਰਬੂਜਾ ਕਲੀਦਾ ਵਾਟਰਮੈਲਨ ਜਿਹਨੂੰ ਕਹਿੰਦੇ ਆ ਉਹ ਮੁਸ਼ਕਲੇ ਬਣ ਗਈ ਹੈ ਬਦਲਦੀ ਦੁਨੀਆ ਚ ਹਰ ਚੀਜ਼ ਜਿਹੜੀ ਉਹ ਇਤਨੀ ਜ਼ਿਆਦਾ ਮੋਡੀਫਾਈ ਕਰ ਦਿੱਤੀ ਗਈ ਕਿ ਹੁਣ ਚੀਜ਼ਾਂ ਦਾ ਕੋਈ ਸਾਰਤ ਤੱਤ ਹੀ ਨਹੀਂ ਰਹਿ ਗਿਆ ਮਤਲਬ ਮਾਫੀ ਮੰਗਾਗਾ ਖਾਣ ਨੂੰ ਅਸੀਂ ਬਦਾਮ ਖਾਂਨੇ ਆ ਉਹ ਬਦਾਮਾਂ ਦੇ ਵਿੱਚ ਨਾ ਤੇ ਉਹ ਬਦਾਮਾਂ ਵਾਲਾ ਸਵਾਦ ਹੈ ਤੇ ਬਦਾਮਾਂ ਵਾਲਾ ਗੁਣ ਤੇ ਖਤਮ ਹੀ ਹੋ ਗਿਆ ਖਾਣ ਨੂੰ ਲੋਕੀ ਅਖਰੋਟ ਖਾਂਦੇ ਨੇ ਅਖਰੋਟਾਂ 'ਚ ਨਾ ਉਹ ਉਹਤੇ ਇਤਨੀ ਮੋਡੀਫਿਕੇਸ਼ਨ ਹੋ ਚੁੱਕੀ ਹੈ ਬੂਟਿਆਂ ਦੀ ਉਹਨਾਂ ਚੋਂ ਤਾਬ ਹੀ ਨਹੀਂ ਰਹਿ ਗਈ ਖਾਨ ਲੋਕੀ ਫਰੂਟ ਖਾ ਰਹੇ ਨੇ ਫਰੂਟ ਦੇ ਵਿੱਚ ਮਤਲਬ ਮਰਕਰੀ ਤੱਕ ਪਈਏ ਕੁਛ ਹੈ ਹੀ ਨਹੀਂ ਉਹ ਜਿਆ ਜੂਸਾਰ ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਚੀਜ਼ਾਂ ਬਦਲ ਗਈਆਂ ਪਰ ਜੋ ਟ੍ਰੈਡੀਸ਼ਨਲ ਵੇ ਨਾਲ ਦੇਖਿਆ ਜਾਏ ਤੇ ਜਦੋਂ ਆਪਾਂ ਖਰਬੂਜਾ ਜਾਂ ਹਦਵਾਣਾ ਖਾਂਦੇ ਸੀਗੇ ਤੇ ਹੁਣ ਖਰਬੂਜਾ ਹਦਵਾਣਾ ਆ ਮਤਲਬ ਖਾਣ ਤੋਂ ਪਹਿਲਾਂ ਉਹਨੂੰ ਕੱਟਣਾ ਕੱਟ ਕੇ ਉਹਦੇ ਉੱਤੋਂ ਵੀ ਛਿੱਲੜ ਲਾਉਣੀ ਹੈ ਉਹਦੇ ਵਿੱਚੋਂ ਵੀ ਬੀਜ ਕੱਢਣੇ ਨੇ ਫਿਰ ਵਿੱਚੋਂ ਥੋੜਾ ਜਿਹਾ ਹਿੱਸਾ ਬਚਣਾ ਆ ਜਿਹੜਾ ਖਾਣ ਵਾਸਤੇ ਬਚੇਗਾ ਅਈ ਗੁਰਦਾਸ ਜੀ ਕਹਿੰਦੇ ਮੂੰ ਮਿੱਠਾ ਕਰਨਾ ਨਾ ਤੂੰ ਕਈ ਢੰਗ ਨੇ ਆ ਸਾਰੇ ਢੰਗ ਲੈ ਲੈ ਤੂੰ ਗੰਨੇ ਤੋਂ ਸ਼ੁਰੂ ਕਰਕੇ ਤੇ ਖਰਬੂਜੇ ਕਲੀਦੇ ਤੱਕ ਲੈ ਆਏ ਪਰ ਕਹਿੰਦੇ ਹਾਂ ਮਦ ਮੱਖੀ ਮੈਂ ਮਲੀਨ ਹੋਏ ਸਮਾ ਪਾਏ ਸਫਲ ਹੋਏ ਰਸ ਬਸ ਭਏ ਨਹੀਂ ਤ੍ਰਿਸ਼ਨਾ ਨਿਵਾਰੀਆ ਕਹਿੰਦੇ ਇਨ ਬਿਨ ਮਦੂ ਮੱਖੀਆਂ ਨੈਕਟਰ ਇਕੱਠਾ ਕਰਦੀਆਂ ਨੇ ਸ਼ਹਿਦ ਓਏ ਸ਼ਹਿਦ ਦਾ ਪੂਰੇ ਦਾ ਪੂਰਾ ਇਸ ਰੂਪ ਦੇ ਵਿੱਚ ਜਿਹੜਾ ਉਹ ਛੱਤਾ ਬਣਾ ਦਿੰਦੀਆਂ ਸਿਆਣਾ ਕੋਈ ਅਹੀਰ ਉਹਦੇ ਵਿੱਚੋਂ ਸ਼ਹਿਦ ਚੋ ਕੇ ਬਾਲਟੀ 'ਚ ਭਰ ਦਿੰਦਾ ਉਹ ਲੈਂਦਾ ਉਹ ਜਿਸ ਬਾਲਟੀ ਜਿਸ ਭਾਂਡੇ इवन ਜਿਸ ਹੱਥ ਨੂੰ ਵੀ ਲੱਗਾ ਹੁੰਦਾ ਬੰਦੇ ਦੀ ਉਂਗਲੀ ਨੂੰ ਵੀ ਲੱਗਾ ਬੰਦਾ ਉਂਗਲੀ ਵੀ ਝੱਟ ਲੈਂਦਾ ਬਿਲਕੁਲ ਸਾਰੇ ਦਾ ਸਾਰਾ ਟੋਟਲ ਉਹ ਮਿੱਠਾ ਉਸ ਰੂਪ ਦੇ ਵਿੱਚ ਇਸ ਰੂਪ ਵਿੱਚ ਸਮਝਿਏ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹਨਾਂ ਦਾਾਨਿਸ਼ਮੰਦਾਂ ਨੇ 600 ਸਾਲ ਦਾ ਸਮਾਂ ਲਾ ਕੇ ਉਹਨਾਂ ਗੁਰੂ ਰੂਹਾਂ ਨੇ ਭਗਤ ਰੂਹਾਂ ਨੇ ਆ ਸਾਰਾ ਸ਼ਹਿਦ ਨਚੋੜ ਦਿੱਤਾ ਕਿ ਆ ਜਿੱਧਰੋਂ ਮਰਜੀ ਪੜੀ ਜਿੱਧਰੋਂ ਮਰਜੀ ਸੁਣੀ ਮਾਤੀ ਮੱਤਾ ਕੁਝ ਵੀ ਨਹੀਂ ਹੋਰ ਸੋਜੀ ਸੋਜੀ ਐ ਸ਼ਾਇਦ ਦਾ ਬਿਲਕੁਲ ਐ ਟੱਬ ਪਰ ਦਿੱਤਾ ਆ বাসਪੁਣੀ ਸੁਰਤ ਨੂੰ ਇਹਦੇ ਚ ਨਹਾ ਸੁਰਤ ਨੂੰ ਖਵਾ ਇਹੀ ਤੇਰੇ ਲਈ ਭਲੇ ਦੀ ਬਾਤ ਐ ਦੇਖੋ ਬਿੰਤੀ ਸੀਗੀ ਮਤ ਲੈਣੀ ਕਿਤੋਂ ਵੀ ਲੈ ਲਵੋ ਪਰ ਕਿਉਂ ਨਾ ਉਸ ਸੋਰਸ ਤੋਂ ਲਵੋ ਜਿਹੜਾ ਹੈ ਹੀ ਮਤ ਦੇਣ ਵਾਲਾ ਗੁਰਮਤ ਜਿਹਦੇ ਕੋਲ ਆਓਗੇ ਤੁਹਾਨੂੰ ਉਹ ਗੁਰ ਮੈਥਡ ਤਰੀਕਾ ਢੰਗ ਜਿਹੜਾ ਜੀਵਨ ਉਸਾਰੇਗਾ ਗਵਾਏਗਾ ਨਹੀਂ ਜਿਹਨੂੰ ਜਿਸ ਮਰਜ਼ੀ ਢੰਗ ਨਾਲ ਖਾਓ ਸਪੋਜ਼ ਕਰੋ ਅਸੀਂ ਬੀਤੇ ਕੱਲ ਵੀ ਵਿਚਾਰ ਰਹੇ ਸੀਗੇ ਅੱਜ ਤੋਂ ਦੋ ਰੋਜ਼ ਪਿੱਛੇ ਜਦੋਂ ਪਿਛਲਾ ਪਦ ਆ ਵਿਚਾਰ ਰਹੇ ਸੀਗੇ ਜਿੱਦੇ ਚ ਅਸੀਂ ਮਹਾਰਾਜ ਦੀ ਬਾਣੀ ਚੋ ਮਿਸਾਲ ਦੇ ਰਹੇ ਸੀ ਖਰੇ ਖਰੋਏ ਉਠਤ ਬੈਠਤ ਹਰ ਹਰ ਨਾਮ ਤੇ ਆਵੇ ਕੋ ਖੜਿਆਂ ਖਲੋਤਿਆਂ ਬੈਂਦਿਆਂ ਉੱਠਦਿਆਂ ਹਰੀ ਦਾ ਨਾਮ ਸਾਡੇ ਤੇ ਸਾਰੇ ਕਸਟਮ ਵੀ ਬਾਬਾ ਜੀ ਨੇ ਨਾਲ ਜੋੜ ਦਿੱਤੇ ਜੰਮਣ ਮਰਨ ਰਹਿਣ ਸਹਿਣ ਖੁਸ਼ੀ ਗਮੀ ਇਹਨੂੰ ਪੜ ਸਮਝ ਸੁਣ ਅਹਿਸਾਸ ਆਪਣੇ ਆਪ ਤੇਰੀ ਸੁਰਤ ਚੋਂ ਮਤ ਆਵੇਗੀ ਸੋ ਇਹ ਟੰਗਿਆ ਬਾਬਾ ਜੀ ਕਹਿੰਦੇ ਹਰੀ ਦੀ ਸੇਵਾ ਕਰ ਤੇ ਸੇਵਾ ਐਵੇਂ ਕਰ ਕਿ ਤੈਨੂੰ ਗੁਰੂ ਕੀ ਮੱਤ ਦੇ ਜ਼ਰੀਏ ਉਹ ਸੇਵਾ ਕਰਨ ਦਾ ਤਰੀਕਾ ਆ ਜਾਏ ਤੇ ਤੈਨੂੰ ਉਹਦੇ ਚੋਂ ਮੱਤ ਪ੍ਰਾਪਤ ਹੋਏ ਤੁਰੀ ਜੀਵਨ ਦੀ ਉਸਾਰੀ ਹੋ ਜਾਏ ਫਿਰ ਦੇਖਿਓ ਧਿਆਨ ਦੇ ਨਾਲ ਪਦਾ ਜੋ ਮਹਾਰਾਜ ਕਹਿੰਦੇ ਸੇਵਕ ਜਨ ਸੇਵਹਿ ਤੇ ਪਰਵਾਨ ਅ ਸ਼ਬਦ ਪੜਦਿਆਂ ਨਾ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰੂ ਕਾ ਮਨ ਮੰਨੇ ਕੋਈ ਸੇਵਾ ਉਹੀ ਸਫਲ ਹੈ ਜਿਹਦੇ ਚ ਗੁਰੂ ਦਾ ਮਨ ਮੰਨ ਜਾਏ ਬਾਬਾ ਜੀ ਕਹਿੰਦੇ ਮਤ ਗੁਰੂ ਦੀ ਧਾਰਨ ਕਰਕੇ ਸੇਵਾ ਕਰ ਕਿਉਂ ਨਹੀਂ ਗੁਰੂ ਦਾ ਮਨ ਮੰਨੇਗਾ ਵਾਹਿਗੁਰੂ ਦਾ ਮਨ ਮੰਨ ਜਾਏਗਾ ਵਾਹਿਗੁਰੂ ਤੇਰੇ ਉੱਤੇ ਖੁਸ਼ੀ ਕਰੇਗਾ ਵਾਹਿਗੁਰੂ ਤੈਨੂੰ ਜਿਹੜਾ ਹੈ ਨਵਾਜ ਦੇਗਾ ਸੋ ਬਚਨ ਸੇਵਕ ਜਨ ਸੇਵਹਿ ਤੇ ਪਰਵਾਨ ਜਿਨ ਸੇਵਿਆ ਗੁਰ ਮਤ ਹਰੇ ਜਿਨ੍ਹਾਂ ਨੇ ਹਰੀ ਨੂੰ ਸੇਵਿਆ ਗੁਰੂ ਕੀ ਮਤ ਦੇ ਜ਼ਰੀਏ ਉਸ ਤਰੀਕੇ ਉਸ ਢੰਗ ਉਸ ਮੈਥਡ ਉਸ ਮੈਥਡੋਲੋਜੀ ਦੇ ਨਾਲ ਇਹਨੂੰ ਹੋਰ ਸਰਲ ਕਰਕੇ ਦੇਖ ਲੈਣੇ ਬਾਬਾ ਜੀ ਦਾ ਪਾਵਨ ਬਚਨ ਆ ਅਸੀਂ ਸਾਰੇ ਹੀ ਗੁਰੂ ਕੇ ਹਜ਼ੂਰ ਬੈਠੇ ਆ ਸੇਵਕ ਬਣਨਾ ਚਾਹੁੰਨੇ ਆ ਸੇਵਕ ਅਖਵਾਉਣਾ ਚਾਹੁੰਨੇ ਆ ਸਿੱਖ ਹੋਣਾ ਚਾਹੁੰਨੇ ਆ ਮਹਾਰਾਜ ਨੇ ਸ਼ਬਦ ਲਿਖਿਆ ਬਾਬਾ ਜੀ ਕਹਿੰਦੇ ਸਤ ਗੁਰੂ ਦੀ ਸੇਵਾ ਬੜੀ ਔਖੀ ਆ ਭਾਈ ਸਤ ਗੁਰੂ ਕੀ ਸੇਵਾ ਗਾਖੜੀ ਗਾਖੜੀ ਹੁੰਦਾ ਕਠਨ ਬੜੀ ਔਖੀ ਆ ਨਹੀਂ ਮਹਾਰਾਜ ਤੁਸੀਂ ਐਵੇਂ ਸਾਨੂੰ ਝਰਕਾਓ ਨਾ ਸਾਨੂੰ ਸੇਵਾ ਦਾ ਢੰਗ ਦੱਸੋ ਅਸੀਂ ਵਾਕਿਆ ਜੀ ਸੇਵਕ ਬਣਨਾ ਚਾਹੁੰਨੇ ਆ ਮਹਾਰਾਜ ਕਹਿੰਦੇ ਅੱਛਾ ਬੜਨਾ ਚਾਹੁੰਦੇ ਹੋ ਤਾਂ ਫਿਰ ਸੁਣੋ ਸਤਗੁਰੂ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਇੱਥੇ ਸੇਵਾ ਕਰਨ ਵਾਸਤੇ ਸਿਰ ਦੇਣਾ ਪੈਂਦਾ ਇਹ ਟ੍ਰੈਡੀਸ਼ਨਸ ਰਹੀਆਂ ਈਵਨ ਦੁਨੀਆਂ ਦੇ ਹਰ ਮਜ਼ਬ ਵਿੱਚ ਤੁਹਾਨੂੰ ਟ੍ਰੈਡੀਸ਼ਨਸ ਮਿਲ ਜਾਣਗੀਆਂ ਪਰ ਜਿਹੜਾ ਆਰੀਅਨ ਕਨਸੈਪਟ ਹੈ ਇਹਦੇ 'ਚ ਤੇ ਬਲੀ ਦੇਣਾ ਇੱਕ ਆਮ ਤਰੀਕਾ ਸੀਗਾ ਲੋਕੀ ਬਲੀ ਦੇ ਦਿੰਦੇ ਸਿਰ ਵੱਢ ਕੇ ਦੇ ਦਿੰਦੇ ਆਲੇ-ਦੁਆਲੇ ਤੋਂ ਈਵਨ ਆਪਣੇ ਘਰ ਦੇ ਜੀਆਂ ਤੱਕ ਦੀ ਬਲੀ ਦਿੰਦੇ ਰਹੇ ਕਸਮਾ ਐਸਾ ਵੀ ਆਇਆ ਜਦੋਂ ਕਿ ਆ ਨਹੀਂ ਆਪਣੀ ਬਲੀ ਦੇ ਦਿਓ ਆਪਣਾ ਵੀ ਸਿਰ ਵੱਢ ਕੇ ਅਰਪਿਤ ਕਰ ਦੇਣਾ ਮਤਲਬ ਬਾਬਾ ਜੀ ਬਿਆਨ ਕਰਦੇ ਨਾ ਵੀ ਸੰਮਣ ਜੋ ਇਸ ਪ੍ਰੇਮ ਕੀ ਦਮ ਕੀ ਹੋਤੀ ਆੜ ਰਾ ਰਾਵਣ ਹੁਤੇ ਸੋਰੰਕ ਨ ਜਨ ਸਿਰ ਦੀਨੋ ਕਾਟ ਵੀ ਦੇਖਤੇ ਸਹੀ ਜੇ ਭਗਤੀ ਭਾਵ ਵਿੱਚ ਦੇਖਿਆ ਜਾਏ ਤੇ ਕਹਿੰਦੇ ਨੇ ਕੋਈ ਰਾਵਣ ਗਰੀਬ ਥੋੜਾ ਸੀਗਾ ਬੜਾ ਅਮੀਰ ਸੀਗਾ ਪਰ ਆਪਣੇ ਇਸ਼ਟ ਨੂੰ ਖੁਸ਼ ਕਰਨ ਵਾਸਤੇ ਉਹਨੇ ਆਪਣਾ ਸਿਰ ਵੱਢ ਕੇ ਦੇ ਦਿੱਤਾ ਸੀ ਇਕ ਮਿਸਾਲੀ ਤੌਰ ਤੇ ਐਗਜ਼ਾਮਪਲ ਲਿਟਰੇਚਰ ਦੀ ਐਗਜ਼ਾਮਪਲ ਦੇ ਤੌਰ ਤੇ ਬਾਤ ਕੀਤੀ ਗਈ ਪਰ ਜਦੋਂ ਮਹਾਰਾਜ ਇਹ ਬਿਆਨ ਕਰਦੇ ਵੀ ਭਾਈ ਸਤਗੁਰੂ ਕੀ ਸੇਵਾ ਗਾਖੜੀ ਸਿਰ ਦੀਜੈ ਇੱਥੇ ਸਿਰ ਦੇਣਾ ਪੈਂਦਾ ਪਰ ਸਿਰ ਬਾਬਾ ਜੀ ਕਹਿੰਦੇ ਲਿਟਰਲੀ ਤੌਰ ਤੇ ਨਹੀਂ ਚਾਹੀਦਾ ਤੇਰਾ ਸਿਰ ਕਿਵੇਂ ਚਾਹੀਦਾ ਸਿਰ ਦੀਜੈ ਆਪ ਗਵਾਏ ਆਪਣਾ ਆਪਾ ਗਵਾਕੇ ਆਪਣੇ ਆਪੇ ਨੂੰ ਗਵਾਉਣਾ ਸਿਰ ਦੇਣ ਦਾ ਉਹ ਰੂਪ ਜਿਹੜਾ ਹੈ ਹੋਰ ਮਿਸਾਲ ਦੇ ਨਾਲ ਲਿਟਰੇਚਰ ਵਿੱਚੋਂ ਜੇ ਲੈਣ ਉਸ ਰੂਪੇ ਸਮਝ ਨਹੀਂ ਹੋਏ ਤੇ ਜਿਵੇਂ ਗੁਰੂ ਮਹਾਰਾਜ ਨੇ ਜਦੋਂ ਬਹੁਤ ਸਾਰੇ ਭਗਤਾਂ ਦਾ ਜ਼ਿਕਰ ਕੀਤਾ ਹੈ ਜਨਕ ਦਾ ਜ਼ਿਕਰ ਵੀ ਆਇਆ ਉਹਦੇ ਵਿੱਚ ਈਵਨ ਪਟਾਣੇ ਗੁਰੂ ਮਹਾਰਾਜ ਨੂੰ ਤਸ਼ਬੀਹ ਦਿੱਤੀ ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਹੇ ਗੁਰੂ ਅੰਗਦ ਸਾਹਿਬ ਅਸੀਂ ਜਨਕ ਨਹੀਂ ਵੇਖਿਆ ਕਹਿੰਦੇ ਨੇ ਬੜੀ ਵਡਿਆਈ ਸੀ ਉਹਦੀ ਜੇ ਕਿਤੇ ਹੋਏਗਾ ਤੇ ਉਹ ਤੇਰੇ ਵਰਗਾ ਹੀ ਹੋਏਗਾ ਇਹ ਗੱਲ ਕਹੀ ਹੈ ਪਟ ਸਾਹਿਬਾਨ ਨੇ ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਤੇਰੇ ਕੋਲੋਂ ਸੰਸਾਰ ਦੇ ਸ੍ਰੇਸ਼ਟ ਸ਼ਬਦ ਸ੍ਰੇਸ਼ਟ ਸਿੱਖਿਆ ਸਾਨੂੰ ਪ੍ਰਾਪਤ ਹੋ ਰਹੀ ਹੈ। ਖੈਰ ਤੂੰ ਕਮਤ ਜਿਹੜਾ ਵੇਰਵਾ ਦੇਣ ਲੱਗਾ ਸੀ। ਕਹਿੰਦੇ ਨੇ ਕਿ ਜਨਕ ਢੰਡਾਉ ਸੀਗਾ ਗਿਆਨ ਦਾ ਜਿਵੇਂ ਭਾਈ ਲੈਣਾ ਜੀ ਕਦੀ ਗੁਰੂ ਅੰਗਦ ਸਾਹਿਬ ਬਣਨ ਤੋਂ ਪਹਿਲਾਂ ਗਿਆਨ ਦੇ ਢੰਡਾਉ ਰਹੇ ਕਿ ਤੋ ਗਿਆਨ ਮਿਲ ਜੇ। ਇਸ ਕਿਸਮ ਦੀ ਮਿਸਾਲ ਉਹਦੇ ਚ ਆਉਂਦੀ ਹੈ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ ਇਹ ਸੋਚਦਾ ਮੈਨੂੰ ਕੋਈ ਗਿਆਨ ਦੇ ਦੇ ਜ਼ਿੰਦਗੀ ਦੀ ਸਮਝ ਦੇ ਦੇ। ਉਹਦੇ ਲਈ ਬੜਾ ਪਟਕ ਰਿਹਾ ਹੈ ਸਮ ਹਾਉ ਇਹਦੇ ਆਪਣੇ ਹੀ ਰਾਜਪ੍ਰੋਹੁਤ ਦਾ ਬੱਚਾ ਜਿਹਨੂੰ ਅਸ਼ਟਵਕਰ ਕਹਿੰਦੇ ਨੇ ਕਹਿੰਦੇ ਨੇ ਜਿਹਦੇ ਸਰੀਰ ਚ ਅੱਠ ਵੱਲ ਪੈਂਦੇ ਸੀਗੇ ਤੁਰਦਾ ਸੀ ਜਦੋਂ ਉਹ ਮਿਲ ਗਿਆ ਬੜੀ ਲੰਮੀ ਚੌੜੀ ਉਹ ਪੂਰੀ ਮਿਥਿਆਸਿਕ ਸਟੋਰੀ ਸੁਣਾਈ ਜਾਂਦੀ ਪਰ ਮੈਂ ਸਿਰਫ 베ਰ ਵਰ 2 ਕੁ ਮਾਤਰੀ ਦੇ ਰਿਹਾ ਉਹ ਜਦੋਂ ਉਹਨੂੰ ਪਤਾ ਲੱਗਾ ਵੀ ਇਹ ਬੜਾ ਗਿਆਨਵੀਤਾ ਆ ਤੇ ਗਿਆਨ ਦੇ ਸਕਦਾ ਆ ਤੇ ਉਹ ਕਹਿੰਦਾ ਕਿ ਮੈਨੂੰ ਵੀ ਗਿਆਨ ਦੇ ਦੇ ਪਰ ਸ਼ਰਤ ਇਹ ਹੈ ਪੀ ਮੇਰੇ ਕੋਲ ਬਹੁਤਾ ਸਮਾਂ ਨਹੀਂ ਰਾਜਾ ਆ ਰਾਜਸੀ ਕੰਮਾਂ ਚ ਬਿਜ਼ੀ ਆ ਇੰਨਾ ਜ਼ਿਆਦਾ ਵੈਸੇ ਵੀ ਸਮਾਂ ਬੜਿਆਂ ਨੇ ਵੇਸਟ ਕੀਤਾ ਤੇ ਕਹਿੰਦੇ ਨੇ ਗਿਆਨ ਮਿਲਣਾ ਹੋਏ ਤੇ ਕਪੱਲੇ ਚ ਹੀ ਮਿਲ ਜਾਂਦਾ ਬਸ ਇੰਨੇ ਕੀ ਸਮੇਂ ਚ ਗਿਆਨ ਦੇ ਦੇ ਜਿੰਨੇ ਕ ਸਮੇਂ ਦੇ ਵਿੱਚ ਘੋੜੇ ਦੀ ਰਕਾਬ ਦੇ ਵਿੱਚ ਪੈਰ ਪਾ ਕੇ ਤੇ ਬਸ ਪਲਾਠੀ ਮਾਰੀ ਦੀ ਹੈ ਇੰਨੇ ਕ ਸਮੇਂ ਦੇ ਵਿੱਚ ਉਹ ਕਹਿੰਦਾ ਵੀ ਰਾਜਨ ਜੇ ਉਹ ਇੰਨੇ ਕੀ ਸਮੇਂ ਚ ਗਿਆਨ ਦੀ ਗੱਲ ਕਰ ਰਿਹਾ ਤੇ ਆਪਾਂ ਇੱਕ ਕੰਮ ਕਰਦੇ ਆ ਆਪਾਂ ਇਹੀ ਐਗਜ਼ੈਕਟਲੀ ਸਿਚੁਏਸ਼ਨ ਬਣਾ ਲੀਨੇ ਆ ਇੰਨੇ ਸਮੇਂ ਚ ਗਿਆਨ ਦੇ ਦੇਨੇ ਆ ਇੰਨੇ ਸਮੇਂ ਚ ਉਹ ਕਹਿੰਦਾ ਛੇ ਇੰਨੀ ਸਿਚੁਏਸ਼ਨ ਹਾਂ ਸਿਚੁਏਸ਼ਨ ਬਣਾ ਦਿੱਤੀ ਕੋੜਾ ਲੈ ਆਂਦਾ ਕਾਠੀ ਪੈ ਗਈ ਸਭ ਕੁਝ ਉਸ ਤਰੀਕੇ ਨਾਲ ਅਸ਼ਟਾਵਕਰ ਵੀ ਆ ਗਿਆ ਉਹਨੋਂ ਜਨਕਾ ਆ ਗਿਆ ਕੰਨਗਾ ਜੀ ਦਿਓ ਗਿਆਨ ਉਹ ਕਹਿੰਦਾ ਜੀ ਗਿਆਨ ਦੇਣ ਤੋਂ ਪਹਿਲਾਂ ਜਿਹਦੇ ਕੋਲੋਂ ਗਿਆਨ ਲੈਣਾ ਹੋਏ ਉਹਨੂੰ ਧਾਰਨ ਕਰੀਦਾ ਉਹ ਕਹਿੰਦਾ ਹਾਂ ਹਾਂ ਮੈਨੂੰ ਖਿਆਲ ਆ ਗਿਆ ਗੁਰੂ ਤੋਂ ਗਿਆਨ ਲਈਦਾ ਤੇ ਗੁਰੂ ਨੂੰ ਗੁਰੂ ਦੀਖਿਆ ਦੇਈਦੀ ਹੈ। ਤੋਂ ਕਹਿੰਦਾ ਵੀ ਚਲੋ ਠੀਕ ਹੈ ਮੈਂ ਗਿਆਨ ਲੈਣਾ ਤੇ ਇਹਨੂੰ ਮੈਂ ਗੁਰੂ ਧਾਰਨ ਕਰਦਾ ਆ ਤੇ ਮੈਂ ਗੁਰੂ ਦੀਖਿਆ ਤੈਨੂੰ ਦੇਣੀ ਹੈ ਵੀ ਚਲੋ ਜਦੋਂ ਗੁਰੂ ਹੀ ਤੂੰ ਹੈ ਮੇਰਾ ਗਿਆਨ ਤੇਰੇ ਕੋਲੋਂ ਲੈਣਾ ਤੇ ਫਿਰ ਦਕਸ਼ਨਾ ਵੀ ਤੇਰੇ ਮੁਤਾਬਕ ਇਹ ਤੈਨੂੰ ਦੇ ਦਿੰਦੇ ਆ ਦੱਸੋ ਕੀ ਦਿੱਤੀ ਜਾਏ ਗੁਰੂ ਦਕਸ਼ਨਾ ਇਹਨਾਂ ਵੀ ਰਾਜਨ ਜੋ ਹੈ ਸਭ ਦੇ ਦੇ ਇਹਦੇ ਚ ਕਿਹੜੀ ਗੱਲ ਹੈ ਉਹ ਕਹਿੰਦਾ ਹੈ ਤੇ ਬੜਾ ਕੁਛ ਐਡੀ ਵੱਡੀ ਰਿਆਸਤ ਆ ਖਜ਼ਾਨੇ ਨੇ ਫੌਜਾਂ ਨੇ ਮਹਿਲ ਵਾੜੀਆਂ ਨੇ ਹਾਥੀ ਘੋੜੇ ਨੇ ਪਤਾ ਨਹੀਂ ਕੀ ਕੁਸ਼ਿਆ ਕਹਿੰਦੇ ਸਾਰਾ ਕੁਝ ਹੀ ਦੇ ਦੇ ਜਨਨ ਕੋ ਫਸ ਗਿਆ ਜਨਨ ਕਹਿੰਦਾ ਹੱਥ ਹੋ ਗਈ ਆ ਕੇ ਜੀ ਫਿਰ ਤੇ ਮੈਂ ਮੁਕਰਾਂਗਾ ਵਾਦਾ ਤੇ ਹੋਇਆ ਸੀਗਾ ਗਿਆਨ ਲੈਣਾ ਆ ਅਜੇ ਪਹਿਲਾ ਸਟੈਪ ਆ ਦਕਸ਼ਨਾ ਲੈਣ ਦੀ ਗੱਲ ਆਈ ਅਸ਼ਟਾਬਕਰ ਹਾਲਾਂਕਿ ਨਿਆਣਾ ਜਿਆ ਆ ਸਰੀਰ ਵੀ ਬਹੁਤਾ ਇਹਦਾ ਵਧੀਆ ਨਹੀਂਗਾ ਉਹਨੇ ਫਸ ਗਿਆ ਕਹਿੰਦਾ ਜੀ ਠੀਕ ਹੈ ਚਲੋ ਅਣਿਤੋ ਵਾਦਾ ਕੀਤਾ ਤੇ ਠੀਕ ਹੈ ਕਹਿੰਦਾ ਦੀ ਸਭ ਕੁਝ ਹੀ ਦੇਤਾ ਕਹਿੰਦਾ ਚਲੋ ਸਭ ਕੁਝ ਦੇਤਾ ਕਹਿੰਦਾ ਪੱਕਾ ਦੇਤਾ ਕਹਿੰਦਾ ਹਾਂ ਜੀ ਫੌਜਾਂ ਵੀ ਤੁਹਾਡੀਆਂ ਰਿਆਸਤ ਵੀ ਤੁਹਾਡੀ ਮਹਿਲ ਬਾੜੀਆਂ ਵੀ ਖਜ਼ਾਨੇ ਆ ਸਭ ਸਭ ਚੀਜ਼ਾਂ ਤੁਹਾਡੀਆਂ ਕਹਿੰਨ ਲਗਾ ਠੀਕ ਹੈ ਦੇਖ ਲੈ ਰਾਜਨ ਕੁਝ ਹੋਰ ਰਹਿ ਗਿਆ ਕਿੱਥੇ ਪਿੱਛੇ ਕਹਿੰਨ ਲਗਾ ਜੀ ਕੁਝ ਵੀ ਨਹੀਂ ਬਚਿਆ ਜਦੋਂ ਸਭ ਕੁਝ ਕਹਿਤਾ ਤੇ ਸਭ ਕੁਝ ਹੀ ਆ ਗਿਆ ਕਹਿੰਨ ਲਗੇ ਜਾਤ ਮਾਰ ਫਿਰ ਦੁਬਾਰਾ ਕਹਿੰਦੇ ਨਹੀਂ ਜੀ ਸਭ ਕੁਝ ਆ ਗਿਆ ਕਹਿੰਨ ਲਗਾ ਨਹੀਂ ਰਾਜਨ ਅਦੇ ਸਰੀਰ ਦੇ ਉੱਤੇ ਮਲਕੀਅਤ ਤੇਰੀ ਹੈ ਇਹ ਤੇ ਕਿਹਾ ਹੀ ਨਹੀਂ ਤੂੰ ਸਰੀਰ ਵੀ ਤੁਹਾਡਾ ਜੀ ਅਪਰ ਅਰਦਾਸ ਦੇਖੀਏ ਬਚਨ ਜਿਹੜੇ ਨੇ ਮੈਂ ਬਿੰਤੀ ਕਰ ਰਿਹਾ ਜਦੋਂ ਗੁਰਮਤ ਦੇ ਨੇੜੇ ਆਵਾਂਗੇ ਨਾ ਫਿਰ ਬਿਲਕੁਲ ਸ਼ਹਿਦ ਦੀ ਨਮਿੰਦ ਸਿੱਖਿਆ ਮਤ ਆ ਜਾਏਗੀ ਮਹਾਰਾਜੀ ਦੀ ਅਰਦਾਸ ਕਰਦੇ ਗੁਰੂ ਕੇ ਹਜ਼ੂਰ ਅਸੀਂ ਅਰਦਾਸ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਪ੍ਰੈਪਰੇਸ਼ਨ ਕਰਦੇ ਅਰਦਾਸ ਦੀ ਪ੍ਰਿਪੇਅਰ ਹੁੰਦੇ ਜਿਹੜੀ ਪ੍ਰੈਪਰੇਸ਼ਨ ਆ ਇਹ ਹੈਗਾ ਫਸਟ ਸਟੈਪ ਅਰਦਾਸ ਤੇ ਚ ਜਾਣ ਵਾਸਤੇ ਪ੍ਰੇਪਰੇਸ਼ਨ ਵਾਸਤੇ ਸਾਡੇ ਪੁਰਖਿਆਂ ਨੇ ਸਾਨੂੰ ਇੱਕ ਪਤਾ ਦਿੱਤਾ ਬਾਣੀ ਵਿੱਚੋਂ ਸੁਖਨੀ ਸਾਹਿਬ ਦੀ ਬਾਣੀ ਚ ਅਸੀਂ ਰੋਜ਼ ਪਤਾ ਅਸੀਂ ਅਕਸਰ ਪੜ੍ਹਦੇ ਹਾਂ ਪਰ ਉਹ ਅਰਦਾਸ ਚ ਰੁਟੀਨ ਚ ਦੁਹਰਾਉਂਦੇ ਹਾਂ ਅਸੀਂ ਉਹ ਪਤਾ ਇੱਥੋਂ ਸ਼ੁਰੂ ਹੁੰਦਾ ਤੂੰ ਠਾਕੁਰ ਤੁਮ ਪੈ ਅਰਦਾਸ ਅੱਗੇ ਕੀ ਹੈ ਜਿਉ ਪਿੰਡ ਹੁਣ ਤੇਰੀ ਰਾਸ ਬਣਾਤੀ ਮੈਂ ਤੇਰੇ ਸਾਹਮਣੇ ਰੱਖ ਸਮਰਪਣ ਤੋਂ ਅਰਦਾਸ ਸ਼ੁਰੂ ਹੁੰਦੀ ਹੈ ਉਹ ਕਹਿੰਦੇ ਰਾਜਨ ਚਾਤਮਾਰ ਚਾਰਚ ਪਰੇ ਕੁਝ ਹੋਰ ਤੇ ਨਹੀਂ ਬਚਿਆ ਕਹਿੰ ਲੰਗਾ ਜੀ ਕੁਝ ਨਹੀਂ ਬਚਿਆ ਕਹਿੰਦੇ ਕਿਉਂ ਰਾਜਨ ਆ ਜਿਹੜਾ ਸ਼ਰੀਰ ਹੈ ਕੰਨ ਲਗਾ ਜੀ ਸ਼ਰੀਰ ਵੀ ਤੋੜਾ ਬਿਲਕੁਲ ਕਹਿੰਦੇ ਠੀਕ ਕਹਿੰਦੇ ਹੋਰ ਕੁਛ ਕਹਿੰਦੇ ਹੁਣ ਕੀ ਕੁਛ ਖੋਣ ਕੀ ਰਹਿ ਗਿਆ ਰਾਜ ਮਹਿਲ ਬਾੜੀਆਂ ਅਸਾਰ ਆਰ ਮਕਾਨ ਰਿਆਸਤ ਫੌਜਾਂ ਖਜ਼ਾਨੇ ਸਭ ਦੇਤੇ ਸ਼ਰੀਰ ਵੀ ਦੇਤਾ ਕਹਿੰਦਾ ਨਹੀਂ ਰਾਜਨ ਜਿਹੜਾ ਅਜੇ ਅੰਦਰ ਇਹ ਸੋਚ ਰਿਆ ਬੈਠਾ ਇਹ ਕਹਿ ਰਿਹਾ ਬੜਾ ਲਾਲਚੀ ਹੈ ਬੜਾ ਪਸਾ ਲਿਆ ਨੇ ਮੈਨੂੰ ਗਿਆਨ ਤੇ ਪਤਾ ਨਹੀਂ ਦੇਣਾ ਕਿ ਨਹੀਂ ਦੇਣਾ ਸਾਰਾ ਕੁਝ ਲੈ ਗਿਆ ਫੱਦ ਹੋ ਗਈ ਸਰੀਰ ਵੀ ਦਾ ਗੁਲਾਮ ਬਣ ਗਿਆ ਕੀ ਬਣੇਗਾ ਅਗਲਾ ਪਲਾ ਕੀ ਹੋਏਗਾ ਉਹਦਾ ਕੀ ਕਰੇਗਾ ਕਹਿੰਦਾ ਅੱਛਾ ਕਹਿੰਦਾ ਤੇਰੇ ਮਨਨ ਦੀ ਗੱਲ ਕਰ ਰਿਹਾ ਉਹ ਵੀ ਲਿਆ ਮਨ ਦਾ ਹੀ ਕਰੇਗਾ ਉਹ ਵੀ ਲਿਆ ਹੋਰ ਉਹ ਕਹਿੰਦਾ ਜੀ ਠੀਕ ਹੈ ਜੀ ਮਨ ਵੀ ਤੁਹਾਡਾ ਆ ਹੁਣ ਹੁਣ ਕਹਿੰਦੇ ਜੀ ਹੁਣ ਗਿਆਨ ਤੇ ਦਿਓਗੇ ਕਹਿੰ ਲਗਾ ਜ਼ਰੂਰ ਦਿਆਂਗਾ ਗਿਆਨ ਕਿਉਂ ਨਹੀਂ ਦਿਆਂਗਾ ਵਾਦਾ ਕੀਤਾ ਤੂੰ ਆਪਣੇ ਵਾਦੇ ਦਾ ਬਲੀ ਐ ਤੇ ਮੈਂ ਵਾਦੇ ਦਾ ਕਿਹੜਾ ਉਸ ਰੂਪ ਦੇ ਵਿੱਚ ਮੁਨਕਰ ਹੋਣ ਵਾਲਾ ਮੈਂ ਵੀ ਵਾਦੇ ਦਾ ਬਲੀ ਆ ਗਿਆਨ ਦਿਆਂਗਾ ਕਹਿੰ ਲਗਾ ਜੀ ਚਲੋ ਠੀਕ ਹੈ ਖੈਰ ਜਨਕ ਸਭ ਕੁਝ ਆਪਣੇ ਮੂੰਹੋਂ ਕਹਿ ਕੇ ਵੀ ਆਪਣਾ ਰਾਜ ਭਾਗ ਆਪਣਾ ਆਪਾ ਆਪਣਾ ਮਨ ਤੇ ਹੁਣ ਘੋੜੇ ਵੱਲ ਨੂੰ ਤੁਰਿਆ ਜਦੋਂ ਘੋੜੇ ਵੱਲ ਨੂੰ ਤੁਰਿਆ ਆਸ਼ਟਵਕਰ ਨੇ ਆਵਾਜ਼ ਮਾਰੀ ਕਹਿੰਨ ਕਰਾਜਨ ਇੱਥੇ ਰੁਕ ਜਾ ਘੋੜੇ 'ਚ ਪੈਰ ਨਾ ਪਾਈਂ ਹਲੇ ਕਹਿੰ ਲਗਾ ਜੀ ਹੁਣ ਕੀ ਹੋਇਆ ਕਹਿੰ ਲਗਾ ਹੁਣ ਇਹ ਹੋਇਆ ਕਿਹਦੇ ਤੋਂ ਪੁੱਛ ਕੇ ਤੁਰਿਆ ਹੁਣ ਉਹ ਚਲ ਖੜਾ ਆ ਕਹਿੰਦੇ ਜੀ ਆਪਣੀ ਤਾਂ ਗੱਲ ਹੋਈ ਸੀ ਕਹਿੰਦੇ ਗੱਲ ਹੋਈ ਸੀ ਉਦੋਂ ਪਹਿਲਾਂ ਹੁਣ ਮਨ ਵੀ ਮੇਰਾ ਤਨ ਵੀ ਮੇਰਾ ਆ ਘੋੜਾ ਵੀ ਮੇਰਾ ਆ ਧਰਤੀ ਵੀ ਮੇਰੀ ਸਭ ਕਾਸੇ ਤੇ ਮੇਰਾ ਹੱਕ ਹੋ ਗਿਆ ਤੂੰ ਕਿੱਥੋਂ ਪੁੱਛ ਕੇ ਤੁਰਿਆ ਜਨਕ ਪਿੱਛੇ ਮੁੜਿਆ ਹੱਥ ਬੰਨ ਲੇ ਕਹਿਣ ਲਗਾ ਗੁਰਦੇਵ ਇੱਕ ਤੋਂ ਬਾਅਦ ਇੱਕ ਰੱਸਾ ਪਈ ਜਾ ਰਿਹਾ ਹੁਣ ਤੇ ਬਿਲਕੁਲ ਹੀ ਫਸ ਗਿਆ ਹੁਣ ਦੱਸੋ ਕੀ ਕਰਨਾ ਹੈ ਕਹਿਣ ਲਗਾ ਬਸ ਆ ਹੀ ਗਿਆਨੀ ਕਹਿਣ ਲਗਾ ਜੀ ਅਜੇ ਘੋੜੇ ਦੀ ਰਕਾ ਵਿੱਚ ਪੈਰ ਵੀ ਨਹੀਂ ਪਾਇਆ ਤੇ ਗਿਆਨ ਪਹਿਲਾਂ ਦੇ ਤਾ ਕਹਿਣ ਲਗਾ ਹੈ ਗਿਆਨ ਇੰਨਕ ਕਿੰਦਾ ਅਸ਼ਟਵਕਰ ਗੁਰੂਦੇਵ ਥੋੜੀ ਹੋਰ ਪਕੜੇ ਚੁੱਕ ਲਿਆ ਉਹ ਬਾਤ ਸਮਝ ਨਹੀਂ ਆਈ ਕਹਿ ਲंगा ਸਮਝ ਨਹੀਂ ਆ ਅ ਕੋੜਾ ਵੀ ਤੇਰੇ ਕੋਲ ਆ ਆ ਰਾਜ ਭਾਗ ਵੀ ਤੇਰੇ ਕੋਲ ਆ ਆ ਮਹਿਲ ਬਾੜੀਆਂ ਵੀ ਤੇਰੇ ਕੋਲ ਨੇ ਆ ਸਰੀਰ ਵੀ ਤੇਰਾ ਤੇਰੇ ਕੋਲ ਆ ਮਨ ਵੀ ਤੇਰਾ ਤੇਰੇ ਕੋਲ ਆ ਬਸ ਇਹ ਸਮਝ ਲੈ ਇਹ ਸਾਰਾ ਕੁਝ ਤੂੰ ਕਿਸੇ ਨੂੰ ਸਮਰਪਿਤ ਕੀਤਾ ਆ ਤੂੰ ਕਿਸੇ ਦਾ ਦਿੱਤਾ ਹੋਇਆ ਮਾਣ ਰਿਆ ਕਿਸੇ ਦਾ ਦਿੱਤਾ ਹੋਇਆ ਭੋਗ ਰਿਆ ਤੇਰਾ ਕੁਝ ਵੀ ਨਹੀਂਗਾ ਆਹੀ ਹੈ ਡਟੈਚਮੈਂਟ विद अटैचमेंट ਇਹ ਸੰਸਾਰ ਇਹ ਸਭ ਕੁਝ ਕਿਹਾ ਤੇਰਾ ਸਰੀਰ ਤੇਰੇ ਕੋਲ ਰਹੇ ਪਰ ਮਨ ਕੇ ਚਲਨੀ ਤੇਰਾ ਨਹੀਂ ਤੇਰਾ ਸਿਰ ਤੇਰੇ ਮੋਢਿਆਂ ਤੇ ਰਹੇ ਮਨ ਕੇ ਚਲਨੀ ਤੇਰਾ ਸਿਰ ਨਹੀਂ ਆਹੀ ਗਿਆ ਇੰਨੀ ਕੇ ਬਾਤ ਹੈ ਬਾਬਾ ਜੀ ਕਹਿੰਦੇ ਆਹੀ ਸਮਝ ਪੈਦਾ ਕਰਨੀ ਹੈ ਸਤਿਗੁਰੂ ਕੀ ਸੇਵਾ ਗਾਖੜੀ ਸਿਰ ਦੀਜੈ ਸਿਰ ਦੇਣਾ ਕਿਵੇਂ ਆਪ ਗਵਾਏ ਮੇਰ ਗਵਾ ਕੇ ਆਪਣਾ ਆਪਾ ਗਵਾ ਕੇ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿ ਚ ਹੈ ਸੋ ਤੇਰਾ ਤੇਰਾ ਤੁਜ ਕੋ ਸੌਪ ਤੇ ਕਿਆ ਲੱਗੈ ਮੇਰਾ ਕਾਦਾ ਦਾਵਾ ਜੀ ਇਥੋਂ ਬਾਤ ਸ਼ੁਰੂ ਹੋਏਗੀ ਆ ਮਤਿਆ ਇਸ ਸੰਸਾਰ ਲੋਕੇ ਕਹਿੰਦੇ ਖੁਸ਼ੀ ਦਿੰਦਾ ਸੁਖ ਦਿੰਦਾ ਪਰ ਕਹਿੰਦੇ ਦੁੱਖ ਵੀ ਦਿੰਦਾ ਆ ਹਾਂ ਜਿਹਨੂੰ ਅਸੀਂ ਖੁਸ਼ੀ ਸਮਝ ਰਹੇ ਹਾਂ ਉਹ ਭੁਲੇਖਾ ਹੈ ਜਿਹਨੂੰ ਅਸੀਂ ਦੁੱਖ ਸਮਝ ਰਹੇ ਹਾਂ ਇਹ ਸਾਡੀ ਅਗਿਆਨਤਾ ਹੈ ਜਦੋਂ ਇਹਨਾਂ ਦੋਨਾਂ ਦੇ ਵਿਚਲਾ ਰਾਹ ਪਕੜੀਏ ਇਹ ਸੇਵਾ ਦਾ ਰਾਹ ਹੈ ਇੱਥੇ ਫਿਰ ਸੇਵਕ ਹੋ ਗਏ ਇੱਥੇ ਕਿਹਾ ਮਾਲਕ ਜਿਵੇਂ ਤੂੰ ਚਲਾਏ ਓਵੇਂ ਚੱਲਣਾ ਹੈ ਮਤ ਦੇ ਸੋਜੀ ਦੇ ਤੇ ਦਾਨੇ ਕਹਿੰਦੇ ਨੇ ਜਿੰਨਾ ਬੰਦਾ ਸਵਰਪਤ ਹੋਏਗਾ ਸੋਜੀ ਦਾ ਲੈਵਲ ਵਧੇਗਾ ਸੰਸਾਰ ਦੇ ਵਿੱਚ ਵਿਚਰਨਾ ਆ ਜਾਏਗਾ ਇਹੀ ਅਸਲ ਦੇ ਵਿੱਚ ਗੁਰਮਤਿਆ ਬਾਬਾ ਜੀ ਕਹਿੰਦੇ ਇਹ ਕਰ ਤੂੰ ਬਚਨ ਆਇਆ ਸੇਵਕ ਜਨ ਸੇਵਨ ਤੇ ਪਰਵਾਨ ਜਨ ਸੇਵਿਆ ਗੁਰਮਤ ਹਰੇ ਗੁਰੂ ਕੀ ਮਤ ਦੇ ਜ਼ਰੀਏ ਹਰ ਨੂੰ ਸੇਵ ਲਿਆ ਹਰ ਨੂੰ ਸੇਵ ਲਿਆ ਜੋ ਆਲੇ ਦੁਆਲੇ ਸਭ ਚੀਜ਼ਾਂ ਉਹ ਸਰੂਪ ਵਿੱਚ ਪ੍ਰਾਪਤ ਹੋਈਆਂ ਅਸੀਂ ਅੱਤੇ ਪਿਛਲੇ ਕੁਝ ਸਮੇਂ ਤੋਂ ਪੇਰੈਂਟਸ ਤੇ ਜਿਹੜੇ ਬੱਚੇ ਨੇ ਕਿਡਸ ਨੇ ਇਹਨਾਂ ਦੀ ਰਿਲੇਸ਼ਨਸ਼ਿਪ ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਬੜੀ ਵੱਡੀ ਮੁਸ਼ਕਲ ਬਣ ਗਈ ਹੈ ਮਾਪੇ ਬੱਚਿਆਂ ਲਈ ਸਭ ਕੁਝ ਕਰਦੇ ਤੇ ਸਭ ਕੁਝ ਕਰਦੇ ਹੀ ਉਹਨਾਂ ਨੂੰ ਵੱਧ ਦੁਆਵਾਂ ਦਿੰਦੇ ਇਹ ਨਿਆਣੇ ਕਿਹੇ ਕੰਮ ਜੋਗੇ ਨਹੀਂ ਨਿਆਣੇ ਬੇਕਾਰ ਨੇ ਨਿਆਣੇ ਤੇ ਕੋਈ ਆਖੇ ਨਹੀਂ ਲੱਗਦੇ ਜੀ ਤੁਹਾਨੂੰ 99% ਲੋਕ ਕਹਿੰਦੇ ਮਿਲਣਗੇ ਸਭ ਕੁਝ ਕਰਦੇ ਉਹਨਾਂ ਲਈ ਦਿਨ ਰਾਤ ਮਰਦੇ ਸਭ ਕਰ ਕਰਾ ਕੇ ਨਾ ਖੀਰ ਬਣਾ ਕੇ ਫਿਰ ਸਾਫ ਪਾਉਂਦੇ ਉਸਤੇ ਇਹ ਨਿਆਣੇ ਕਿਹੇ ਕੰਮ ਦੇਣੇ ਹੈਗੇ ਨਿਆਣਿਆਂ ਨੂੰ ਸੁਣ ਕੇ ਦੇਖ ਲਓ ਤੁਸੀਂ ਨਿਆਣੇ ਮਾਂ ਬਾਪ ਦੇ ਨਾਲ ਰਹਿੰਦੇ ਸਭ ਕੁਝ ਕਰਦੇ ਪਰ ਸਭ ਕੁਝ ਕਹਿੰਦੇ ਹੋਏ ਵੀ ਕਹਿੰਦੇ ਯੂ نو ਜੇ ਕਿਤੇ ਮੈਨੂੰ ਮੌਕਾ ਮਿਲੇ ਆਈ ਰੀਲੀ ਹੇਟ ਮਾਈ ਪੇਰੈਂਟਸ ਆਈ ਡੋਂਟ ਵਾਂਟ ਟੂ ਲਿਵ ਵਿਦ ਥੈਮ ਕੀ ਹਾਲਤ ਹੈ ਇਸ ਸਾਰੇ ਨੂੰ ਜਦ ਦੇਖਿਆ ਜਾਏ ਇਹ ਇਸ ਸਮਾਜ ਦੀ ਰਿਐਲਿਟੀ ਹੈ ਵੀ ਜਿੰਨਾ ਮਰਜੀ ਉਸ ਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕਰੋ ਸਭ ਚੀਜ਼ਾਂ ਇਹ ਅਸਲੀਅਤ ਨਜ਼ਰ ਪੈ ਰਹੀ ਹੈ ਬੱਚੇ ਘਰਾਂ ਦੇ ਵਿੱਚ ਬਸ ਕਹਿੰਦੇ ਮੇਰੀ ਗ੍ਰੇਡ 12 ਹੋਣ ਦੇ ਡਨ ਆਮ ਨੋਟ ਗੋਨਾ ਸਟੇਨ ਸਿਟੀ ਦੂਰ ਯੂਨੀਵਰਸਿਟੀ ਲਗਾਵਾ ਜਾ ਕੇ ਸ਼ਕਲ ਵੀ ਨਾ ਦੇਖਾਂ ਤੁਹਾਡੀ ਮਾਪੇ ਵੀ ਕਹਿੰਦੇ ਬਸ ਕੋਈ ਨਾ 12 ਹੋ ਜਾਣੇ ਨੇ ਤੁਰ ਜਾਣਾ ਉੱਥੇ ਬਸ ਸਾਡੇ ਨਾਲੋਂ ਗਲੋਂ ਲੈ ਇਸ ਰੋਪ ਤੇ ਤੇ ਇਹ ਕੱਲਾ ਇੱਥੇ ਹੀ ਨਹੀਂ ਦੁਨੀਆ ਭਰ ਚ ਦੇਖੋ ਤੁਸੀਂ ਆ 17 17 18 18 ਸਾਲ ਦੇ ਬੱਚੇ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਆ ਬੀਤੇ ਚੀ ਮੈਂ ਦੋ ਬੈਕ ਟੂ ਬੈਕ ਵਰਕਸ਼ਾਪ ਕੀਤੀਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਬਿਲਕੁਲ ਯੰਗ ਬੱਚੇ ਜਿਨ੍ਹਾਂ ਨੂੰ ਵਜੇ ਮਾਪਿਆਂ ਦੀ ਸੁਪਰਵੀਜ਼ਨ ਦੀ ਬੜੀ ਲੋੜ ਆ ਉਹ ਮਤਲਬ 17 17 18 18 ਮਸਾਂਈ ਕੋਈ ਹੋਏਗਾ ਬਹੁਤ ਰੇਅਰ ਜਿਹੜਾ 19 ਸਾਲ ਦਾ ਹੋਏ ਨਿਊ ਕਮਰਟ ਵਿੱਚ ਮੈਂ ਦੇਖਿਆ ਬੱਚੇ ਸਟੂਡੈਂਟਸ ਦੇ ਵਿੱਚ ਤੇ ਉਹ ਜਿਹੜੇ ਆ ਕੇ ਬੈਠੇ ਤੇ ਇਹ ਪਹਿਲਾ ਹੀ ਸਵਾਲ ਉਹਨਾਂ ਦਾ ਫੀਲਿੰਗ ਆਈਸੋਲੇਸ਼ਨ ਇਕਲਤਾ ਮਹਿਸੂਸ ਹੁੰਦੀ ਹੈ ਇਕਲਤਾ ਮਹਿਸੂਸ ਹੁੰਦੀ ਹੈ ਉਹ ਜਿਨ੍ਹਾਂ ਨੇ ਭੇਜਿਆ ਜਿਨ੍ਹਾਂ ਦੇ ਮਸਾਂ ਇੱਕ ਇੱਕ ਦੋ ਦੋ ਘਰਾਂ ਚ ਨਿਆਣੇ ਨੇ ਮੋਸਟਲੀ ਇੱਕ ਅਦਰਵਾਇਜ਼ ਦੋ ਤੇ ਉਹਨਾਂ ਨੇ ਕਿਵੇਂ ਭੇਜਤੇ ਇੱਥੇ ਆਹੀ ਗੱਲ ਆ ਵੀ ਆਊਟ ਆਫ ਸਾਈਟ ਅੱਖਾਂ ਤੋਂ ਦੂਰ ਹੋਣ ਗਿਆ ਆਪਣੇ ਆਪ ਕਿਉਂਕਿ ਉਹ ਤੇ ਮੁਸ਼ਕਲ ਬਣ ਗਈ ડીਲ ਕਰਨਾ ਹਾਰਡ ਹੋਈ ਜਾ ਰਿਹਾ ਕਿਵੇਂ ડીਲ ਕਰਾਂਗੇ ਕਿਵੇਂ ਉਸ ਰੂਪ ਦੇ ਵਿੱਚ ਭਈ ਇਸ ਸਾਰੇ ਦੇ ਅੰਦਰ ਜਿਹੜੀ ਮੁੱਖ ਰੂਪੇ ਚੀਜ਼ ਮਿਸ ਕਰ ਗਏ ਆ ਉਹ ਪਤਾ ਕੀ ਹੈ ਅਸੀਂ ਸਾਰੇ ਰੱਬ ਦੀ ਜੋਤ ਆ ਇਹ ਮਾਲਕ ਨੇ ਦਾਤ ਬਖਸ਼ੀ ਹੈ ਬੱਚੇ ਮਾਪੇ ਰਿਸ਼ਤੇ ਇਹ ਸਭ ਬਾਇਗਰੂ ਦੀ ਦਾਤ ਆ ਜੇ ਗੁਰੂ ਕੀ ਮਤ ਲੈ ਕੇ ਆ ਚੀਜ਼ ਆ ਜਾਏ ਰਿਸ਼ਤਾ ਨ ਬਣਾ ਆਸਾਨ ਹੋ ਜਾਏ ਇਹ ਗੁਰਮਤ ਹਰੇ ਇਹ ਹਰੀ ਦੀ ਸੇਵਾ ਹੈ ਇਹ ਵਾਹਿਗੁਰੂ ਦੀ ਸੇਵਾ ਹੈ ਮੇਰੇ ਇੱਕ ਮਿਸਾਲ ਹੋਰ ਦੇ ਕੇ ਬਾਕੀ ਬਚਨ ਨੂੰ ਵਾਈਂਡ ਅਪ ਕਰ ਦੇਣਾ ਸਾਡੇ ਸ਼ਹਿਰ ਦੇ ਕਾਫੀ ਪੜੇ ਲਿਖੇ ਸੱਜਣ ਨੇ ਰੇਡੀਓ ਵੀ ਕਰਦੇ ਨੇ ਟੀਵੀ ਪ੍ਰੋਗਰਾਮ ਵੀ ਹੁੰਦਾ ਤੇ ਮੈਨੂੰ ਯਾਦ ਆ ਉਸ ਸਾਲ ਪਹਿਲਾਂ ਨਿਕਲਿਆ ਟੀਵੀ ਪ੍ਰੋਗਰਾਮ ਤੇ ਸੀ ਗਏ ਤੇ ਉਹ ਜਾ ਕੇ ਬੈਠੇ ਹੀ ਹਾਲੇ ਤੇ ਉਹ ਬੱਚਿਆਂ ਦੇ ਬਾਬਤ ਬੜੇ ਖਫਾ ਹੋ ਕੇ ਬੋਲ ਰਹੇ ਇਸ ਤਰੀਕੇ ਦੇ ਨਾਲ ਇਕੋਲੋਜੀਕਲ ਸਾਈਡ ਤੋਂ ਥੋੜੀ ਸਾਨੂੰ ਅੰਡਰਸਟੈਂਡਿੰਗ ਹੋ ਜਾਂਦੀ ਕਈ ਵਾਰੀ ਮੈਂ ਕਿਹਾ ਇਹ ਕਿਹਨਣ ਤਰ੍ਹਾਂ ਦੇ ਘਰੋਂ ਲੜ ਕੇ ਆਇਆ ਅੱਜ ਬੱਚਿਆਂ ਦੇ ਉੱਤੇ ਇੰਨਾ ਜ਼ਿਆਦਾ ਲਗਾਤਾਰ ਇੱਕੋ ਇੱਕੋ ਚੀਜ਼ ਤੇ ਸਵਾਲ ਕਰੀ ਜਾ ਰਿਹਾ ਖੈਰ ਆ ਬ੍ਰੇਕ ਲਈ ਤੇ ਬ੍ਰੇਕ ਲਾ ਕੇ ਤੇ ਕਹਿਣ ਲੱਗਾ ਮੈਂ ਕਿਹਾ ਕੀ ਹੋਇਆ ਇੰਨਾ ਕਿਉਂ ਅੱਜ ਬੱਚਿਆਂ ਤੇ ਕਹਿੰਦੇ ਕੀ ਦੱਸਾਂ ਬੇਟੀ ਦੀ ਗੱਲ ਕਰਦਾ ਕਹਿੰਦਾ ਵੀ ਉਹ ਉਹਨੇ ਕੋਈ ਡਿਸੀਜਨ ਬਣਾਇਆ ਮੈਂ ਉਹ ਡਿਸੀਜਨ ਨੂੰ ਡਿਨਾਈ ਕੀਤਾ ਵੀ ਨਹੀਂ ਠੀਕ ਨਹੀਂਗਾ ਤੋ ਲੜਪੀ ਮਿਰਨਾ ਉਹ ਕਹਿੰਦੀ ਵੀ ਤੂੰ ਕੌਣ ਹੋ ਨਾ ਮੈਨੂੰ ਹੈਲੋ ਵਰਡ ਯੂਜ਼ ਕਰਕੇ ਕਹਿਣ ਲੱਗੀ ਵੀ ਤੂੰ ਕੌਣ ਹੈ ਮੈਨੂੰ ਇੰਨੀ ਗੱਲ ਕਹਿਣ ਵਾਲਾ ਇਸ ਤਰੀਕੇ ਦੇ ਨਾਲ ਇਹ ਸਾਰੇ ਰੂਪ ਦੇ ਵਿੱਚ ਕਹਿੰਦੇ ਵੀ ਮੈਂ ਕਿਹਾ ਵੀ ਮੈਂ ਮੈਂ ਤੇ ਕਵਾਂਗਾ ਫਿਰ ਮੈਂ ਕਿਹਾ ਕਹਿੰਦੇ ਤੂੰ ਕਿਵੇਂ ਕਹਿ ਸਕਦਾ ਇਹ ਮੇਰਾ ਰਾਈਟ ਆ ਮੈਂ ਹੁਣ ਇਸ ਏਜ ਚ ਹੋ ਗਈ ਇਸ ਇਸ ਕਿਸਮ ਦੀਆਂ ਗੱਲਾਂ ਹੋ ਜਾਂ ਮੇਰੇ ਤੁਹਾਡਾ ਕੀ ਜਵਾਬ ਸੀਗਾ ਕਹਿਣ ਲੱਗਾ ਜੀ ਮੈਂ ਤਾਂ ਫਿਰ ਚੁੱਪ ਕਰ ਗਿਆ ਚੁੱਪ ਕਰਕੇ ਆ ਕੇ ਇੱਥੇ ਖਿਜ ਕੱਢ ਰਿਹਾ ਆ ਕੇ ਹੋਰ ਇਹੀ ਕਰਾਂਗਾ ਮੈਂ ਕਿਹਾ ਠੀਕ ਹੈ ਰੋਲ ਪਲੇ ਕਰਕੇ ਮੈਂ ਤੁਹਾਨੂੰ ਦੱਸ ਦੇਣਾ ਕੀ ਕਹਿਣਾ ਸੀਗਾ ਤੁਹਾਡੀ ਥਾਂ ਤੇ ਮੈਂ ਹੁੰਦਾ ਤੇ ਮੈਂ ਕਹਿਣਾ ਸੀਗਾ ਵੀ ਪੁੱਤ ਬਿਲਕੁਲ ਠੀਕ ਹੈ ਤੂੰ ਨਹੀਂ ਸੁਣਨਾ ਚਾਹੁੰਦਾ ਤੇ ਨਾ ਸੁਣ ਤੇਰੇ ਨਹੀਂ ਸੁਣਨਾ ਚਾਹੁੰਦਾ ਇਟਸ ਓਕੇ ਤੇਰੀ ਚੋਇਸ ਹੈ ਵੀ ਤੂੰ ਸੁਣੇ ਨਾ ਮੈਨੂੰ ਬਟ ਮੈਂ ਬੁਲਾ ਨਾ ਮੈਂ ਕਹਾਂ ਨਾ ਇਹ ਕਿਵੇਂ ਹੋ ਸਕਦਾ ਕਿਉਂਕਿ ਇਹ ਜਿਹੜੀ ਚੋਇਸ ਆ ਇਹ ਮੈਨੂੰ ਰੱਬ ਜੀ ਨੇ ਦਿੱਤੀ ਹੈ ਦਾ ਰੋਲ ਆਮ ਗੈਟਿੰਗ ਐਸ ਅ ਪੇਰੈਂਟ ਐਸ ਅ ਫਾਦਰ ਥੈਟ ਮਦਰ ਨੇਚਰ ਹੈਸ ਗਿਫਟਡ ਇਟ ਟੂ ਮੀ ਐਂਡ ਇਵਨ ਯੂ ਕੈਨ ਨੋਟ ਟੇਕ ਅਵੇ ਫਰੋਮ ਮੀ ਥਿਸ ਰੋਲ ਇਹ ਰੋਲ ਤੂੰ ਵੀ ਨਹੀਂ ਮੇਰ ਤੋਂ ਜੁਦਾ ਕਰ ਸਕਦਾ ਬੱਚੇ ਇਹ ਮੇਰਾ ਫਰਜ ਆ ਮੈਂ ਤੈਨੂੰ ਟੋਕਾਂਗਾ ਵੀ ਮੈਂ ਤੈਨੂੰ ਕਹਾਂਗਾ ਵੀ ਹਾਂ ਜੇ ਤੂੰ ਮੇਰੇ ਤੋਂ ਪੁੱਛੇ ਕਿ ਬੀਇੰਗ ਅ ਕਿਡ ਤੇਰਾ ਕੀ ਰੋਲ ਆ ਦੈਨ ਆਈ ਕੈਨ ਟੈਲ ਯੂ ਵਾਟਸ ਯੂਰ ਰੋਲ ਓਵਰ ਹੇਅਰ ਆ ਹੈ ਕਮਿਊਨੀਕੇਸ਼ਨ ਤੁਸੀਂ ਅਸੀਂ ਜਦੋਂ ਇਹ ਮੰਨ ਕੇ ਚੱਲੀ ਆ ਨਾ ਕਿ ਇਹ ਕੋਈ ਅਸੀਂ ਸਹੀਏ ਮਸੀਬਤ ਪਈ ਸਿਆਪਾ ਪਿਆ ਵੈਗੁਰੂ ਨੇ ਜ਼ਿੰਮੇਵਾਰੀ ਦਿੱਤੀ ਏ ਹਰ ਦੀ ਸੇਵਾ ਆ ਇਹੀ ਹਰੀ ਨੇ ਸੇਵਾ ਦਿੱਤੀ ਇਵਨ ਆ ਸਾਰੀਰ ਹੈ ਸਾਡਾ ਇਹ ਵਾਹਿਗੁਰੂ ਨੇ ਬਖਸ਼ਿਆ ਆ ਇਹਦੇ ਪ੍ਰਤੀ ਸਾਡੇ ਫਰਜ਼ ਵੀ ਵਾਹਿਗੁਰੂ ਨੇ ਬਖਸ਼ੇ ਨੇ ਬਾਬਾ ਜੀ ਵਾਰ-ਵਾਰ ਕਹਿੰਦੇ ਇਸ ਸਰੀਰ ਨੂੰ ਪਾਲੋ ਸੰਭਾਲੋ ਇਹਦੀ ਸੇਵਾ ਕਰੋ ਕਿਸ ਕਿਸ ਨੇ ਰੱਬ ਵੇਖਿਆ ਰੱਬ ਮੂਰਤਾਂ ਜੀ ਬਾਬਾ ਜੀ ਕਹਿੰਦੇ ਕਿਸੇ ਮੂਰਤੀ ਚ ਅਕਾਲ ਮੂਰਤ ਆ ਉਹ ਫਿਰ ਜਿਹੜੀ ਮੂਰਤੀ ਚ ਆ ਮੂਰਤ ਆ ਤੇਰੇ ਕੋਲ ਆ ਮੂਰਤਾਂ ਨੇ ਤੇਰੇ ਕੋਲ ਪਰ ਮੈਥਡ ਨਹੀਂ ਆਉਂਦਾ ਜਦੋਂ ਮੈਥਡ ਨਹੀਂ ਆਉਂਦਾ ਤੇ ਬੰਦਾ ਭਾਂਜਵਾਦੀ ਹੁੰਦਾ ਹੋਏ ਲੋਕੀ ਭਾਂਜਵਾਦੀ ਲੋਕਾਂ ਨੇ ਅੰਨ ਅਨਾਜ ਖਾਣਾ ਛੱਡਿਆ ਸਰੀਰ ਨੂੰ ਤੰਗ ਕੀਤਾ ਕਿਆ ਧਰਮ ਆ ਬਾਬਜ ਕਿਤੇ ਕੋਈ ਧਰਮ ਨਹੀਂਗਾ ਇਹ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪੱਤ ਗਵਾਈ ਉਹ ਯਾਨੀਆ ਪੱਤ ਗਵਾਰੀਆ ਆਪਣੀ ਵੀ ਤੇ ਸੰਸਾਰ ਦੀ ਵੀ ਕੋਈ ਕੋਈ ਆਪਣੇ ਆਪ ਨੂੰ ਤੰਗ ਕਰਨਾ ਨਾ ਹਾਂ ਤੈਨੂੰ ਸਮਝ ਆ ਜਾਏ ਇਹ ਗੁਰਮਤਿਆ ਇਹ ਸਾਰਾ ਕੁਝ ਆਉਂਦਾ ਸਮਝ ਸ਼ਬਦ ਦੇ ਜ਼ਰੀਏ ਜੀ ਤੋ ਸੇਵਾ ਦਾ ਪਹਿਲਾ ਪੜਾ ਹੈ ਸ਼ਬਦ ਨਾਲ ਜੁੜੋ ਗਿਆਨ ਲਵੋ ਸੁਰਤਿਆਬ ਹੋ ਉਹਨੂੰ ਪ੍ਰੈਕਟੀਕਲੀ ਐਗਜ਼ੀਕਿਊਟ ਕਰੋ ਗੁਰੂ ਸਾਹਿਬ ਨੇ ਸਿਖਾਇਆ ਇਹਦਾ ਮਹਾਰਾਜ ਨੇ ਬਚਨ ਕਿਹਾ ਸੇਵਕ ਜਨ ਸੇਵੈ ਤੇ ਪਰਵਾਨ ਜਨ ਸੇਵਿਆ ਗੁਰਮਤ ਹਰੇ ਜਿਨਾ ਗੁਰੂ ਕੀ ਮਤ ਦੇ ਜ਼ਰੀਏ ਹਰੀ ਦੀ ਸੇਵਾ ਕੀਤੀ ਤਿਨਕੇ ਕੋਟ ਸਭ ਪਾਪ ਖਿਨ ਪਰ ਹਰ ਪਾਪ ਕਿਤੋਂ ਬਾਹਰੋਂ ਨਹੀਂ ਆਉਂਦੇ ਮਨ ਵਿੱਚੋਂ ਆਉਂਦੇ ਇਹ ਪਾਪ ਹੀ ਆ ਕਿਸੇ ਨੂੰ ਬਦਦੂਆ ਦੇਣੀ ਆਪਣੇ ਜਾਇਆਂ ਨੂੰ ਪਾਲਿਆਂ ਨੂੰ ਸੰਭਾਲ ਰਿਆਂ ਨੂੰ ਉਹਨਾਂ ਨੂੰ ਬਦਦੂਆਵਾਂ ਦੇਣਾ ਮੈਂ ਕਿੱਡਾ ਪਾਪ ਕਮਾ ਰਿਆਂ ਸੋਚੋ ਜਰਾ ਆਪਣੇ ਸਿਬਲਿੰਗਸ ਨੂੰ ਆਪਣੇ ਆਫਸਪਰਿੰਗਸ ਨੂੰ ਆਪਣੇ ਆਲੇ ਦੁਆਲੇ ਨੂੰ ਕਈ ਨਾ ਭੀ ਇਦੋਂ ਮਾੜੇ ਬੰਦੇ ਕੋਈ ਨਹੀਂ ਹੋ ਸਕਦੇ ਪਾਪ ਹੋਰ ਕੀ ਆ ਪਾਪ ਇਹ ਸ਼ੁਰੂਆਤ ਐ ਤੋ ਅਜੇ ਅੱਗੇ ਦੇਖੋ ਕਿੱਥੋਂ ਤੱਕ ਜਾਣਾ ਐ ਸੇ ਗੁਰੂ ਬਾਬਾ ਜੀ ਇਹਨਾਂ ਪਾਪਾਂ ਤੋਂ ਮੁਕਤ ਮਹਾਰਾਜ ਕਹਿੰਦੇ ਹੁਣੇ ਬੋਲੋ ਬਚਨ ਆਇਆ ਤਿੰਨ ਕੇ ਕੋਟ ਸਭ ਪਾਪ ਖਿਨ ਪਰਹਰ ਹਰ ਹਰ ਦੂਰ ਕਰੇ ਇੱਕ ਖਿਨ ਦੇ ਚ ਪਰਹਰ ਕਰਕੇ ਹਰੀ ਦੂਰ ਕਰ ਦਿੰਦਾ ਤਿਆਗ ਦਿੰਦਾ ਬੰਦਾ ਬਿਲਕੁਲ ਅਸੀਂ ਸਭ ਦੇ ਭਲੇ ਦੀ ਅਰਦਾਸ ਕਰਨਾ ਬੰਦਾ ਆਪਣੇ ਘਰਦਿਆਂ ਦੇ ਜੀਆਂ ਦੇ ਭਲੇ ਦੀ ਅਰਦਾਸ ਨਹੀਂ ਕਰ ਪਾ ਰਿਆ ਆਪਣੇ ਭਲੇ ਦੀ ਅਰਦਾਸ ਨਹੀਂ ਕਰ ਪਾ ਰਿਆ ਬੰਦਾ ਰਾਤ ਦੇਣੇ ਕਹਿੰਦਾ ਮੈਂ ਤੇ ਰੱਬ ਨੂੰ ਕਹਿੰਦਾ ਮੈਨੂੰ ਝੁਕਲਾ ਬਸ ਉਹ ਮੈਂ ਤੇ ਬਸ ਜੂਨ ਕੱਟ ਰਿਆਂ ਪਤਾ ਨਹੀਂ ਥੱਕੇ ਦੇ ਰਿਆਂ ਸਮੇਂ ਨੂੰ ਭਲੇ ਆ ਤੂੰ ਭਲੇ ਦੀ ਅਰਦਾਸ ਕਰੇਗਾ ਤੈਨੂੰ ਦੇ ਆਪਣਾ ਭਲਾ ਨਹੀਂ ਦਿਸ ਰਿਹਾ ਇੱਥੇ ਸਾਬ ਕਹਿੰਦੇ ਇੱਕ ਖਿੰਨ ਦੇ ਵਿੱਚ ਬਚਨ ਆਇਆ ਪਾਪ ਖਿੰਨ ਪਰ ਹਰ ਹਰ ਦੂਰ ਕਰੇ ਜਿਨ ਕੇ ਪਾਪ ਦੁੱਖ ਸਭ ਬਿਨ ਸੇ ਪਾਪ ਦੁੱਖ ਸਭ ਬਿਨ ਸੇ ਦੁੱਖ ਦੇਖਿਆ ਜਾਏ ਨਾ ਦੁੱਖ ਜਿਹੜੀ ਚੀਜ਼ ਸਾਨੂੰ ਦੁੱਖ ਦਿੰਦੀ ਹੈ ਸਾਨੂੰ ਸਪੋਜ਼ ਅਸੀਂ ਬਾਹਰ ਨਿਕਲਦੇ ਆਂ ਠੰਡ ਦੁੱਖ ਦਿੰਦੀ ਏ ਸਾਨੂੰ ਜੈਕਟ ਨਾ ਪਾਈ ਹੋਏ ਪਤਾ ਲੱਗ ਜਾਂਦਾ ਠੰਡ ਕਿੰਨਾ ਦੁੱਖ ਦਿੰਦੀ ਕਿੰਨਾ ਦੁਖੀ ਕਰਦੀ ਪਰ ਇਨ ਰਿਐਲਿਟੀ ਜੇ ਠੰਡ ਦੋਖਿਆ ਨਾ ਠੰਡ ਤੇ ਬੜਾ ਵੱਡਾ ਇੱਕ ਮਤਲਬ ਵਰਦਾਨ ਆ ਕੁਦਰਤ ਦਾ ਸਨੋ ਲੱਗਦਾ ਦੋਖ ਦੋਖ ਥੋੜਾ ਸੁਨੋ ਸਨੋ ਵਰਦਾਨ ਹੈ ਬੜਾ ਵੱਡਾ ਇਸ ਖਿੱਤੇ ਦੀ ਖੂਬੀ ਇੱਥੇ ਸਨੋ ਪੈਂਦੀ ਹੈ ਜਿਸ ਤੇ ਗਰਮੀ ਪੈਂਦੀ ਗਰਮੀ ਦੋਖ ਗਰਮੀ ਦੋਖ ਹੈ ਕੋਈ ਗਰਮੀ ਤੇ ਵਰਦਾਨ ਹੈ ਬੜਾ ਵੱਡਾ ਹਰ ਚੀਜ਼ ਵਰਦਾਨ ਹੈ ਇੱਥੇ ਮੱਛਰ ਵੀ ਵਰਦਾਨ ਹੈ ਕੁਦਰਤ ਦਾ ਸੱਪ ਵੀ ਵਰਦਾਨ ਹੈ ਜੇ ਬੰਦੇ ਨੂੰ ਸਮਝ ਆ ਜਾਏ ਇਸੇ ਕਰਕੇ ਬਾਬਾ ਜੀ ਨੇ ਕਿਹਾ ਦੁੱਖ ਦੁੱਖ ਨਹੀਂਗਾ दारू ਹੈ ਦੁੱਖ दारू ਸੁਖ ਰੋਗ ਪਿਆ ਤੈਨੂੰ ਨਹੀਂ ਸਮਝ ਆ ਰਹੀ ਬਚਨ ਆਇਆ ਤਿੰਕੇ ਪਾਪ ਦੋਖ ਸਭ ਬਿਨਸੇ ਦੋਖਾਂ ਦੇ ਵਿੱਚੋਂ ਪਾਪ ਪੈਦਾ ਹੁੰਦਾ ਜਦੋਂ ਬੰਦਾ ਗਲਤ ਤਰੀਕੇ ਨਾਲ ਕਿਸੇ ਚੀਜ਼ ਨੂੰ ਦੁੱਖ ਮੰਨਦਾ ਪਾਪ ਕਰਦਾ ਕਹਿੰਦਾ ਇਹਦੇ ਤੋਂ ਭੱਜ ਜਾ ਬਾਬਾ ਜੀ ਕਹਿੰਦੇ ਉਹ ਬਿਰਤੀ ਜਿਹੜੀ ਹੁਣ ਬਿਨਸ ਗਈ ਜਿਨ ਮਨ ਚਿਤ ਇਕ ਆਰਾਧਿਆ ਜਿਨੇ ਮਨ ਕਰਕੇ ਚਿਤ ਕਰਕੇ ਆਰਾਧਨਾ ਉਸ ਕਰਤਾਰ ਦੀ ਕਰ ਲਈ ਤਨ ਕਾ ਜਨਮ ਸਫਲਿਓ ਸਭ ਕੀਆ ਕਰਤਾ ਜਿਨ ਗੁਰਬਚਨੀ ਸਚ ਪਾਖਿਆ ਜਿਹਨੂੰ ਕਿਹਾ ਸੀ ਨਾ ਅੱਗੇ ਕਿ ਮਹਾਰਾਜ ਕਹਿੰਦੇ ਗੁਰ ਮਤ ਹਰੇ ਹੁਣ ਗੁਰ ਮਤ ਹਰੇ ਨੂੰ ਸਮਝਣ ਵਾਸਤੇ ਵਿਆਖਿਆ ਕਰ ਦਿੱਤੀ ਉਹਦੀ ਕਿ ਆ ਤਨ ਕਾ ਜਨਮ ਸਫਲਿਓ ਸਭ ਕੀਆ ਪ੍ਰਵਾਨ ਹੋਣਾ ਜਨਮ ਸਫਲਾ ਹੋ ਜਾਣਾ ਹੁੰਦਾ ਕਰਤਾ ਜਿਨ ਗੁਰਬਚਨੀ ਸਚ ਪਾਖਿਆ ਜਿਨੇ ਗੁਰੂ ਦੇ ਬਚਨ ਦੇ ਜ਼ਰੀਏ ਸੱਚ ਦਾ ਭਾਖਣਾ ਕੀਤਾ ਸੱਚ ਨੂੰ ਬੋਲਣਾ ਸਮਝਣਾ ਅਹਿਸਾਸਣਾ ਸ਼ੁਰੂ ਕਰ ਦਿੱਤਾ ਪੌਸਿਬਿਲਿਟੀ ਹੈ ਬੰਦਾ ਸ਼ਾਇਦ ਕੋਲ ਹੁੰਦਿਆਂ ਵੀ ਸ਼ਾਇਦ ਨਾ ਖਾਵੇ ਪੌਸਿਬਿਲਿਟੀ ਹੈ ਬੰਦਾ ਸ਼ਬਦ ਨੂੰ ਪੜਦਿਆਂ ਹੋਇਆਂ ਸ਼ਬਦ ਦੀ ਜਿਹੜਾ ਉਹਦਾ ਕਹਿ ਲੋ ਕੀ ਅੰਦਰ ਉਹਦੇ ਫਰੇਗਰੈਂਸ ਪਈ ਹੈ ਉਹਨੂੰ ਮੰਨਣ ਤੋਂ ਉੱਪਰ ਪਰਹੇਜ਼ਗਾਰ ਹੋ ਜਾਏ ਸਭ ਕਹਿੰਦੇ ਗੁਰਬਚਨੀ ਸੱਚ ਭਾਖਿਆ ਤੇ ਧਨ ਜਨ ਵੱਡ ਪੁਰਖ ਪੂਰੇ ਜੋ ਗੁਰਮਤਿ ਹਰ ਜਪ ਭਉ ਬਖਮ ਤਰੇ ਵੈਸੇ ਬੜਾ ਵੱਡਾ ਭਉ ਬਖਮ ਸੰਸਾਰ ਆ ਇੱਚ ਪੋਸਿਬਿਲਿਟੀ ਹੈ ਅਸੀਂ ਸਾਰੇ ਡੁੱਬ ਜਾਈਏ ਪਰ ਬਾਬਾ ਜੀ ਕਹਿੰਦੇ ਜਿਹਦੇ ਤੇ ਉਹ ਮਾਲਕ ਤਰਸ ਕਰਦਾ ਉਹ ਧਨਤਾ ਦੇ ਵਿਯੋਗ ਹੈ ਉਹ ਜਨ ਵੱਡ ਪੁਰਖ ਨਾਲ ਜੁੜ ਕੇ ਵੱਡ ਪੁਰਖ ਹੋ ਜਾਂਦਾ ਹੈ ਅੰਤਲੀ ਲਾਈਨਸ ਤੀਸਰੇ ਪਦੇ ਦੀ ਸੇਵਕ ਜਨ ਸੇਵ ਹੈ ਤੇ ਪਰਵਾਨ ਜਿਸ ਸੇਵਿਆ ਗੁਰਮਤਿ ਹਰੇ ਉਹ ਸੇਵਕ ਪਰਵਾਨ ਪੈ ਗਏ ਜਿਨ੍ਹਾਂ ਨੇ ਸ਼ਬਦ ਦੇ ذریعے ਗੁਰੂ ਕੀ ਮੱਤ ਦੇ ذریعے ਅਸਲ ਜੀਵਨ ਨੂੰ ਸੰਭਾਲ ਲਿਆ ਜੀਵਨ ਜੀਣ ਦੀ ਜਾਚ ਸਿੱਖ ਲਈ ਸਾਹਿਬ ਰਹਿਮਤ ਕਰਨ ਇਨ ਆਲਮੀ ਅਲਾਹੀ ਅਗੰਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ ਇਹ ਦਿਲੀ ਦੁਆ ਹੈ ਇਨੀਆਂ ਕ ਬਿੰਤੀਆਂ ਨਾਲ ਖਿਮਾ ਪੁੱਲਾਂ ਗਲਤੀਆਂ ਨਾਲ ਚਤਾਰਨੀਆ ਭਾਈ ਸਾਹਿਬ ਸਮਾਪਨ ਕਰਾਉਣਗੇ ਮੈਨੂੰ ਇਜਾਜ਼ਤ ਦੇਣੀ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ